नमस्ते दीदी जी। नमस्ते। आज इतनी जल्दी? अरे वो हमको मायके जाना था ना उनके साथ, इसीलिए। अच्छा, कुछ खाएगी? नहीं, आज तो हम घर पे खीर बनाए थे, आज तो पेट भरा हुआ है हमारा। अच्छा हम ना जल्दी जल्दी काम करके घर जाएं। हाँ हाँ ठीक है, तो जल्दी जल्दी काम खत्म करके फिर चली जाएंगी। ठीक है। खुशी खुशी सुबह आए थे कि जल्दी जल्दी काम करके घर जाएंगे। जब हम झाड़ू लेकर अंदर आए तो हमने देखा और दीदी को आवाज लगाई। इतने में सब आ गए, फिर पुलिस को फोन किया। देखो जी, जो भी होया बहुत माड़ा होया, सानू इस गल का अफसोस है। रब तुहानू भाणा मन्नण दा बल बख्शे। असी कोशिश करांगे कि जल्दी तो जल्दी असी अपनी कारवाई कर सकी ते तुसी इन्हां दी देह दा संस्कार कर सको। एक गल दस सकदे हो, इन्हां ने आत्महत्या क्यों कीती? मोहित आत्महत्या नहीं कर सकता।
ਹੈਲੋ ਜਨਾਬ, ਇੱਕ ਹੋਰ ਲਾਸ਼ ਮਿਲੀ ਰੇਲ ਦੀ ਪਟੜੀ ਦੇ ਕੋਲ। ਲਾਸ਼ ਮਿਲੀ? ਹਾਂਜੀ ਜਨਾਬ, ਉਹਨਾਂ ਨੇ ਕਿਹਾ ਕਿ ਉਹਦੀ ਜਲਦੀ ਤੋਂ ਜਲਦੀ ਸ਼ਨਾਖਤ ਕਰੋ। ਓਕੇ, ਮੈਂ ਆ ਰਿਹਾ। ਜੀ ਜਨਾਬ, ਮੇਰੀ ਗੱਲ ਸੁਣ, ਇੱਕ ਡੈਡ ਬੋਡੀ ਹੋਰ ਮਿਲੀ ਹੈ, ਤੁਸੀਂ ਇੱਥੋਂ ਦਾ ਕੰਮ ਨਿਬੇੜੋ, ਮੈਂ ਉੱਥੇ ਜਾਣਾ ਅਤੇ ਆਪਾਂ ਥਾਣੇ 'ਚ ਮਿਲਦੇ ਹਾਂ। ਠੀਕ ਜਨਾਬ, ਇਹਨਾਂ ਦੀ ਪੁੱਛਗਿੱਛ ਦਾ ਕਿਵੇਂ? ਉਹ ਤੋਂ ਪੁੱਛਗਿੱਛ ਨੂੰ ਰਹਿਣ ਦੇ, ਇਹਨਾਂ ਦੀ ਪੁੱਛਗਿੱਛ ਬਾਅਦ 'ਚ ਕਰਦੇ ਹਾਂ, ਕਿਉਂਕਿ ਕੁੜੀ ਅਤੇ ਕੁੜੀ ਦਾ ਪਰਿਵਾਰ ਸਦਮੇ 'ਚ ਹੈ। ਇਹਨਾਂ ਨੂੰ ਆਪਾਂ ਥਾਣੇ ਬੁਲਾ ਕੇ ਪੁੱਛਗਿੱਛ ਕਰ ਲਾਂਗੇ, ਇੰਨੇ ਟਾਈਮ 'ਚ ਪੋਸਟਮਾਰਟਮ ਦੀ ਰਿਪੋਰਟ ਆ ਜਾਊਗੀ ਅਤੇ ਉਦੋਂ ਤੱਕ ਸੱਚ ਦਾ ਸੱਚ ਸਾਰਾ ਕੁਝ ਸਾਹਮਣੇ ਆ ਜਾਊਗਾ। ਮੈਂ ਚੱਲਦਾ। ਜੀ ਜਨਾਬ। ਸਭ ਤੋਂ ਪਹਿਲਾਂ ਕਿਹਨੇ ਦੇਖਿਆ ਇਹਨੂੰ? ਸਰ, ਉਹਨੇ ਵੇਖੇ ਸੀ, ਉਹਨੇ ਕਾਲ ਕੀਤੀ। ਉਹਨੇ ਕੁਝ ਦੱਸਿਆ? ਨਹੀਂ ਸਰ, ਤੁਹਾਡੀ ਵੇਟ ਕਰ ਰਹੇ ਸੀ। ਇਹਦੀ ਤਲਾਸ਼ੀ ਲਓ ਅਤੇ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਭੇਜੋ। ਠੀਕ ਹੈ ਜਨਾਬ। ਇਹ ਤਾਂ ਮੇਰੇ ਵੱਲ ਨੂੰ ਹੀ ਆਈ ਜਾਂਦਾ। ਮੈਨੂੰ ਲੱਗਦਾ ਅੱਜ ਤੇਰੀ ਖੈਰ ਨਹੀਂ ਰਾਮ ਪਕਾਰ, ਅੱਜ ਤੂੰ ਜਾਏਗਾ ਜੇਲ੍ਹ ਦੇ ਅੰਦਰ। ਇਹ ਸਭ ਕੁਝ ਕਿਵੇਂ ਹੋਇਆ, ਦੱਸ ਸਕਦੇ? ਜਨਾਬ, ਮੈਂ ਤੇ ਮਾਲ ਪੱਤਾ ਜਿਹਾ ਮਿਲੀ ਜਾਂਦਾ ਸੀ ਜੀ। ਜਨਾਬ, ਹੱਥ ਦਾ ਰਗੜਾ ਪੂਰਾ ਤੇਜ਼ ਚੱਲੀ ਜਾਂਦਾ ਸੀ। ਮੈਂ ਵੇਖਿਆ ਜੀ, ਇੱਕ ਕਾਲੇ ਰੰਗ ਦੀ ਗੱਡੀ ਆ, ਉਹ ਮਾਰੀਆਂ ਬ੍ਰੇਕਾਂ ਤੇ ਸਾਹਮਣੇ ਆ ਕੇ ਖਲੋਤੀ। ਜਨਾਬ, ਵਿੱਚੋਂ ਨਿਕਲੇ ਬਹੂ ਜੀ, ਕਾਲੀ ਨਾਲ ਅੱਗੇ ਨੂੰ ਜਾਈ ਜਾਏ ਤੇ ਮੂੰਹ ਤੇ ਉਹਨਾਂ ਦਾ ਪੂਰਾ ਹੀ ਗੁੱਸਾ। ਤੇਜ਼ ਪੈਰਾਂ ਦੇ ਨਾਲ ਜਨਾਬ ਬੰਦਾ ਅੱਗੇ ਵਧੀ ਜਾਏ। ਸੱਚ ਮੰਨਿਓ ਜਨਾਬ, ਵਹਿੰਦਿਆਂ ਵਹਿੰਦਿਆਂ ਬੰਦਾ ਪਟਰੀ ਤੇ ਜਾ ਚੜਿਆ। ਜਨਾਬ, ਮੈਂ ਬਥੇਰੀਆਂ ਆਵਾਜ਼ਾਂ ਮਾਰੀਆਂ ਪਰ ਉਹਦੇ ਕੰਨ ਤੇ ਜੂ ਨਹੀਂ ਸਰਕੀ। ਜਨਾਬ, ਇਧਰੋਂ ਗੱਡੀ ਦੀਆਂ ਆਵਾਜ਼ਾਂ ਆਉਂਦੀਆਂ ਤੇ ਬੰਦਾ ਖਲੋਤਾ ਪਟਰੀ ਦੇ ਵਿਚਾਲੇ। ਜਨਾਬ, ਗੱਡੀ ਆਈ ਤੇ ਲੈ ਗਈ ਧੂ ਕੇ, ਬੰਦਾ ਬੁੜਕ ਕੇ ਉਹ ਪਿਆ। ਤੂੰ ਹੁਣ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ? ਜਨਾਬ, ਮੈਂ ਕਿਵੇਂ ਰੋਕਦਾ ਜੀ? ਜਨਾਬ, ਮੈਂ ਤਗੜੀ ਗੱਡੀ ਵਾਲਾ ਬੰਦਾ, ਜਦੋਂ ਆਇਆ ਮੈਂ ਸਿਗਰਟ ਸੁਗਰਟ ਲਾਉਣ ਆਇਆ ਹੋਣਾ ਜੀ, ਨਹੀਂ ਤਾਂ ਇੱਧਰ ਕੌਣ ਆਉਂਦਾ? ਜਨਾਬ, ਮੇਰੀ ਤਾਂ ਜਨਾਬ ਉੱਪਰ ਵਿਰਤੀ ਲੱਗੀ ਪਈ, ਮੈਂ ਆਵਾਜ਼ਾਂ ਮਾਰੀਆਂ ਜਨਾਬ, ਅਗਲਾ ਨਹੀਂ ਰੁਕਿਆ। ਮੈਨੂੰ ਤਾਂ ਲੱਗਦਾ ਜਨਾਬ ਅਗਲਾ ਘਰੋਂ ਮਨ ਬਣਾ ਕੇ ਆਇਆ ਹੋਣਾ। ਜਿਹੜਾ ਬੰਦਾ ਘਰੋਂ ਮਨ ਬਣਾ ਕੇ ਆਇਆ ਹੋਵੇ, ਉਹਨੂੰ ਕੌਣ ਰੋਕ ਸਕਦਾ ਜਨਾਬ?
ਮਨ ਤਾਂ ਮੇਰਾ ਵੀ ਪੂਰਾ ਬਣਿਆ ਹੋਇਆ, ਤੈਨੂੰ ਚੱਕ ਕੇ ਅੰਦਰ ਠੋਕਾਂ। ਜਨਾਬ ਸੌਂ ਲੱਗੇ ਜੀ, ਮੈਂ ਕੁਝ ਨਹੀਂ ਤੇ ਕੀਤਾ ਜਨਾਬ। ਜੇ ਤੂੰ ਕੁਝ ਕੀਤਾ ਨਹੀਂ, ਹੱਥ ਦੇ ਕਿਉਂ ਕੀਤੇ ਆ? ਜਨਾਬ ਮਾੜਾ ਮੋਟਾ ਸ਼ੁਗਰ ਜਿਹਾ ਕਰ ਲਈਦਾ ਜਨਾਬ, ਗਰੀਬ ਬੰਦੇ ਆ ਜੀ, ਇਸ ਵਾਰ ਮਾਫ ਕਰ ਦਿਓ, ਅੱਗੇ ਤੋਂ ਨਹੀਂ ਹੁੰਦਾ ਜੀ। ਕਾਂਸਟੇਬਲ ਨੂੰ ਆਪਣਾ ਨਾਮ ਤੇ ਐਡਰੈਸ ਦਿਖਾ, ਜਾ। ਜਨਾਬ ਮੈਂ ਤਾਂ ਤੁਹਾਡੀ ਮਦਦ ਕੀਤੀ ਆ ਜੀ, ਮੈਂ ਤਾਂ ਨਹੀਂ ਫਸਜੂੰਗਾ ਜੀ। ਜੇ ਤੂੰ ਕੁਝ ਕੀਤਾ ਨਹੀਂ, ਡਰੀ ਕਿਉਂ ਜਾਣਾ? ਜਨਾਬ ਤੁਹਾਡਾ ਕੀ ਪਤਾ ਕਦੋਂ ਪਟੇ ਤੇ ਚਾੜ ਦੋ। ਤੈਨੂੰ ਕੁਝ ਨਹੀਂ ਹੁੰਦਾ, ਜਾ। ਠੀਕ ਹੈ ਜਨਾਬ। ਫੋਨ ਤੇ ਪਰਸ ਮਿਲਿਆ, ਉਹਨਾਂ ਦੇ ਪਰਿਵਾਰ ਨੂੰ ਇਨਫੋਰਮ ਕਰੋ। ਠੀਕ ਹੈ ਸਰ। ਮਾਫ਼ ਕਰਨਾ ਜੀ, ਤੁਹਾਡੀ ਰਿਪੋਰਟ ਦੀ ਅਜੇ ਤੱਕ ਕੋਈ ਅਪਡੇਟ ਨਹੀਂ ਆਈ। ਮੈਂ ਇੱਥੋਂ ਦੀ ਲੰਘ ਰਿਹਾ ਸੀ, ਸੋਚਿਆ ਤੁਹਾਨੂੰ ਮਿਲਦਾ ਜਾਵਾਂ। ਤੁਸੀਂ ਕੱਲ੍ਹ ਕੁਝ ਕਹਿਣਾ ਚਾਹੁੰਦੇ ਸੀ, ਉਹਦੇ ਬਾਰੇ ਆਪਾਂ ਕੋਈ ਗੱਲਬਾਤ ਕਰ ਸਕਦੇ ਹਾਂ? ਮੋਹਿਤ ਆਤਮ ਹੱਤਿਆ ਨਹੀਂ ਕਰ ਸਕਦਾ, ਉਹ ਹਰ ਗੱਲ ਮੇਰੇ ਨਾਲ ਸ਼ੇਅਰ ਕਰਦਾ ਸੀ। ਜੇ ਕੋਈ ਡਿਪਰੈਸ਼ਨ ਵਾਲੀ ਗੱਲ ਹੁੰਦੀ ਤਾਂ ਉਹ ਮੈਨੂੰ ਜ਼ਰੂਰ ਦੱਸਦਾ। ਕੱਲ੍ਹ ਜੋ ਵੀ ਹੋਇਆ ਤੁਸੀਂ ਉਹ ਡਿਟੇਲ 'ਚ ਦੱਸੋ। ਮੰਮੀ ਪਾਪਾ ਕੱਲ੍ਹ ਮੇਰੀ ਨਣਡ ਕੋਲ ਗਏ ਹੋਏ ਸੀ, ਵੈਸੇ ਤਾਂ ਉਹ ਡੇਲੀ ਜਲਦੀ ਉੱਠਦੇ ਨੇ, ਕੱਲ੍ਹ ਸੰਡੇ ਸੀ ਇਸ ਕਰਕੇ ਉਹਨਾਂ ਨੂੰ ਮੈਂ ਉਠਾਇਆ ਸੀ। ਮੋਹਿਤ, ਮੋਹਿਤ ਉੱਠ ਜਾਓ ਯਾਰ, ਮੋਹਿਤ ਉੱਠ ਕੇ ਚਾਹ ਪੀ ਲਓ ਯਾਰ,
ਉੱਠ ਜਾ ਮੋਹਿਤ। ਅੱਜ ਸੰਡੇ ਆ ਜਨਾਬ, ਲੱਗਦਾ ਭੁੱਲ ਗਏ ਤੁਸੀਂ। ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਅੱਜ ਸੰਡੇ ਆ, ਤੇ ਮੈਨੂੰ ਇਹ ਵੀ ਪਤਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਚਲੋ ਛੇਤੀ ਉੱਠ ਜਾਓ। ਹੁਣ ਬੈਠ ਤਾਂ ਜਾਓ ਮੇਰੀ ਜਾਨ। ਮੈਨੂੰ ਨਾ ਅੱਜ ਤੁਹਾਡੇ ਇਰਾਦੇ ਠੀਕ ਨਹੀਂ ਲੱਗਦੇ। ਫਿਰ ਇੰਨੀ ਸਵੇਰੇ ਸਵੇਰੇ ਠਾਇਆ ਕਿਉਂ? ਸਾਨੂੰ ਨਾ ਅੱਜ ਸਵੇਰੇ ਸਵੇਰੇ ਸੰਡੇ ਦਾ ਫਾਇਦਾ ਉਠਾਉਣਾ ਚਾਹੀਦਾ। ਆ ਹੁਣ ਸਵੇਰੇ ਸਵੇਰੇ ਕੌਣ ਆ ਗਿਆ? ਜਾਓ ਦਰਵਾਜ਼ਾ ਖੋਲੋ ਜਾ ਕੇ। ਤੁਸੀਂ ਖੋਲੋ ਪਲੀਜ਼। ਨਹੀਂ ਮੋਹਿਤ, ਤੁਸੀਂ ਜਾਓ, ਨਾਲੇ ਬਹਾਨੇ ਨਾਲ ਬੈੱਡ ਤੋਂ ਵੀ ਉੱਠ ਜਾਓਗੇ। ਨਾਲੇ ਤੁਹਾਨੂੰ ਯਾਦ ਨਹੀਂ ਹੈਗਾ ਅੱਜ ਆਪਾਂ ਬਾਹਰ ਘੁੰਮਣ ਜਾਣਾ। ਹਾਂ ਠੀਕ ਆ ਮੇਰੀ ਮਾਂ, ਆਪਾਂ ਘੁੰਮਣ ਚੱਲਾਂਗੇ, ਪਰ ਤੁਸੀਂ ਪਹਿਲਾਂ ਦਰਵਾਜ਼ਾ ਖੋਲ ਦਿਓ। ਮੈਨੂੰ ਲੱਗਦਾ ਕੋਈ ਦਰਵਾਜ਼ੇ 'ਤੇ ਕੋਈ ਜ਼ਿਆਦਾ ਹੀ ਕਾਹਲੀ 'ਚ। ਹਾਂਜੀ, ਮੈਂ ਦਰਵਾਜ਼ਾ ਖੋਲਣ ਜਾਂਦੀ ਹਾਂ ਅਤੇ ਤੁਸੀਂ ਪਲੀਜ਼ ਉੱਠ ਜਾਓ। ਠੀਕ ਹੈ ਜੀ। ਨਮਸਤੇ। ਨਮਸਤੇ ਮੋਹਿਤ ਕੁਮਾਰ। ਹਾਂਜੀ, ਉਹਨਾਂ ਦੇ ਨਾਮ 'ਤੇ ਪਾਰਸਲ ਹੈ ਜੀ, ਇੱਥੇ ਸੈਂਡ ਕਰ ਦਿਓ ਜੀ। ਥੈਂਕ ਯੂ ਜੀ। ਮੋਹਿਤ, ਉੱਠੇ ਨਹੀਂ ਤੁਸੀਂ ਹਲੇ ਤੱਕ? ਆ ਗਲਤ ਗੱਲ ਆ ਯਾਰ, ਆ ਪਾਰਸਲ ਆਇਆ ਤੁਹਾਡੇ ਨਾਮ 'ਤੇ। ਮੋਹਿਤ ਉੱਠ ਜਾਓ ਪਲੀਜ਼, ਮੈਂ ਨਹਾ ਕੇ ਆ ਰਹੀ ਹਾਂ। ਮੇਰੇ ਨਹਾਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਉੱਠਣੇ ਚਾਹੀਦੇ ਹੋ, ਨਹੀਂ ਤਾਂ ਅੱਜ ਫਿਰ ਕਲੇਸ਼ ਹੋਊਗਾ। ਕਮਾਲ ਹੋ ਗਈ, ਇਸ 'ਤੇ ਤਾਂ ਐਡਰੈਸ ਹੀ ਨਹੀਂ ਲਿਖਿਆ। ਬਾਕਸ ਵਿੱਚ ਕੀ ਸੀ? ਇਹੋ ਗੱਲ ਤਾਂ ਮੈਂ ਉਹਨਾਂ ਨੂੰ ਪੁੱਛੀ ਸੀ। ਮੋਹਿਤ, ਪਤਾ ਚੱਲਿਆ ਕਿਸਨੇ ਭੇਜਿਆ? ਨਹੀਂ, ਮੈਂ ਤਾਂ ਬਾਕਸ ਵੀ ਖੋਲਿਆ, ਇਹਦੇ 'ਚ ਵੀ ਕੁਛ ਨਹੀਂ ਮਿਲਿਆ। ਅੱਛਾ, ਏਦਾਂ ਦਾ ਮਜ਼ਾਕ ਕੌਣ ਕਰ ਸਕਦਾ ਫਿਰ? ਮੈਂ ਤਾਂ ਖੁਦ ਹੈਰਾਨ ਹਾਂ ਕਿ ਏਦਾਂ ਦਾ ਮਜ਼ਾਕ ਕੌਣ ਕਰ ਸਕਦਾ। ਮੈਂ ਬਾਹਰੋਂ ਕੁਛ ਲੈ ਕੇ ਆਵਾਂ? ਬਾਹਰ ਹੀ ਤਾਂ ਚੱਲੇ ਆ। ਬ੍ਰੇਕਫਾਸਟ ਤਾਂ ਕਰ ਹੀ ਲੈਣੇ ਯਾਰ, ਮੈਂ ਹੁਣੇ ਕਿਹਾ ਤੇ ਹੁਣੇ ਆਇਆ। ਛੋਲੇ ਭਟੂਰੇ ਲੈ ਕੇ ਆਵਾਂ ਜਾਂ ਨਾਨ ਲੈ ਕੇ ਆਵਾਂ? ਜੋ ਮਰਜ਼ੀ ਲੈ ਕੇ ਆਇਓ, ਪਰ ਜਲਦੀ ਆ ਜਿਓ। ਠੀਕ ਹੈ। ਫਿਰ ਕੀ ਹੋਇਆ ਸੀ? ਫਿਰ ਜਦੋਂ ਵਾਪਸ ਆਏ ਤਾਂ ਉਹ ਖਾਲੀ ਹੱਥ ਆਏ ਸੀ।
ਓ ਹੈਲੋ, ਕਿੱਧਰ ਖੋ ਗਏ? ਕੀ ਲੈ ਕੇ ਆਏ ਹੋ? ਓਹੋ, ਉਹ ਰੇਡੀ ਵਾਲੇ ਕੋਲ ਪੀੜੀ ਬਹੁਤ ਸੀ, ਉਹ ਕਹਿੰਦਾ ਵੇਟ ਕਰ ਲਓ। ਮੈਂ ਸਾਹਮਣੇ ਪਾਰਕ 'ਚ ਬੈਠ ਗਿਆ, ਉੱਧਰੋਂ ਸਿੱਧਾ ਇੱਧਰ ਹੀ ਆ ਗਿਆ। ਸੋਰੀ ਯਾਰ, ਮੈਂ ਭੁੱਲ ਗਿਆ, ਮੈਂ ਹੁਣੇ ਲੈ ਕੇ ਆਉਣਾ। ਫਿਰ ਉਹ ਕੁਝ ਲੈ ਕੇ ਆਏ ਸੀ ਕਿ ਨਹੀਂ? ਉਹ ਨਾਲ ਲੈ ਕੇ ਆਏ ਸੀ, ਤੇ ਉਸ ਟਾਈਮ ਮੈਨੂੰ ਕਹਿੰਦੇ ਆ ਗਏ ਤੁਸੀਂ। ਹਾਂਜੀ, ਲੈ ਆਇਆ। ਸੁਲੇਖਾ। ਹਾਂਜੀ। ਇੱਕ ਗੱਲ ਪੁੱਛਾਂ, ਗੁੱਸਾ ਤਾਂ ਨਹੀਂ ਕਰੋਗੇ? ਮੈਂ ਤੁਹਾਡੀ ਕਿਸੇ ਗੱਲ ਦਾ ਗੁੱਸਾ ਕਿਉਂ ਕਰਨਾ? ਜੋ ਦਿਲ 'ਚ ਆਇਆ ਉਹੀ ਦੱਸਿਓ। ਤੁਸੀਂ ਟੈਨਸ਼ਨ ਫ੍ਰੀ ਹੋ ਕੇ ਪੁੱਛੋ। ਜੇ ਮੈਂ ਤੈਨੂੰ ਕਹਾਂ ਕਿ ਵਿਆਹ ਤੋਂ ਪਹਿਲਾਂ ਮੇਰਾ ਕੋਈ ਰਿਲੇਸ਼ਨ ਸੀ ਤੇ ਬਸ, ਇਸ ਤੋਂ ਅੱਗੇ ਨਾ ਕੁਛ ਵੀ ਨਾ ਬੋਲਿਓ, ਤੇ ਨਾ ਹੀ ਮੈਂ ਕੁਛ ਸੁਣਨਾ। ਨਾਲੇ ਇਹ ਕਿਹੋ ਜਿਹੀਆਂ ਗੱਲਾਂ ਲੈ ਕੇ ਬਹਿ ਗਏ ਤੁਸੀਂ? ਸਵੇਰੇ ਤਾਂ ਚੰਗੇ ਭਲੇ ਸੀ, ਐਂਡ ਜੋ ਕੁਛ ਹੋ ਗਿਆ ਸੋ ਹੋ ਗਿਆ। ਜੇ ਹੁਣ ਤੁਸੀਂ ਮੇਰੇ ਨਾਲ ਖੁਸ਼ ਨਹੀਂ ਤਾਂ ਦੱਸੋ। ਬਟ ਜੇ ਹੁਣ ਮੈਨੂੰ ਕਿਸੇ ਗੱਲ ਦਾ ਪਤਾ ਲੱਗਿਆ ਨਾ, ਪਹਿਲਾਂ ਤਾਂ ਉਹਦਾ ਕਤਲ ਕਰੂੰਗੀ ਤੇ ਫਿਰ ਤੁਹਾਡਾ, ਮਗਰੋਂ ਆਪ ਫਾਹ ਲੈ ਕੇ ਮਰ ਜੂੰਗੀ। ਮੈਂ ਤਾਂ ਮਜ਼ਾਕ ਕਰ ਰਿਹਾ ਸੀ ਯਾਰ, ਤੁਸੀਂ ਤਾਂ ਸੀਰੀਅਸ ਹੀ ਲੈ ਲਿਆ। ਇਹੋ ਜਿਹਾ ਮਜ਼ਾਕ ਨਾ ਅੱਗੇ ਤੋਂ ਨਹੀਂ ਹੋਣਾ ਚਾਹੀਦਾ। ਫਿਰ ਕੀ ਹੋਇਆ ਸੀ? ਫਿਰ ਮੈਂ ਨਾਨ ਪਲੇਟਾਂ ਵਿੱਚ ਪਾਉਣ ਲੱਗ ਗਈ। ਉਸ ਤੋਂ ਬਾਅਦ ਕਮਲਾ ਆ ਗਈ, ਉਹਨੇ ਸਾਰਾ ਕੁਝ ਵੇਖ ਕੇ ਚੀਕਾਂ ਮਾਰੀਆਂ। ਇਹਦਾ ਮਤਲਬ ਜਦੋਂ ਘਰ ਤੋਂ ਬਾਹਰ ਗਏ ਸੀ ਤਾਂ ਉਹਨਾਂ ਦਾ ਮੂਡ ਬਦਲਿਆ ਹੋਇਆ ਸੀ? ਹਾਂ, ਕਿਉਂਕਿ ਉਹ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਸੀ। ਉਹ ਜਗ੍ਹਾ ਕਿੱਥੇ ਹੈ ਜਿੱਥੋਂ ਉਹ ਨਾਨ ਲੈ ਕੇ ਆਈ? ਬਿਲਕੁਲ ਕਾਰਨਰ ਤੇ ਹੀ ਹੈ। ਠੀਕ ਹੈ ਜੀ, ਜਿੱਦਾਂ ਸਾਨੂੰ ਕੁਝ ਵੀ ਪਤਾ ਲੱਗਦਾ ਅਸੀਂ ਤੁਹਾਨੂੰ ਇਨਫੋਰਮ ਕਰਦੇ ਹਾਂ। ਇਹ ਮੁੰਡੇ ਨੂੰ ਜਾਣਦੇ ਹੋ? ਹਾਂਜੀ, ਆਪਣਾ ਪੱਕਾ ਗਾਹਕਾ, ਇੱਧਰ ਹੀ ਰਹਿੰਦਾ, ਨਾਲ ਹੀ ਘਰ ਆ। ਵਿਚਾਰਾ ਕੱਲ੍ਹ ਫਾਹਾ ਲੈ ਕੇ ਮਰ ਗਿਆ, ਬਹੁਤ ਮਾੜਾ ਹੋਇਆ। ਤੇਰੇ ਕੋਲ ਆਇਆ ਸੀ? ਹਾਂ ਆਇਆ ਸੀ, ਦੋ ਪਲੇਟਾਂ ਨਾਨ ਦੀਆਂ ਕਹਿੰਦਾ ਸੀ। ਮੈਂ ਕਿਹਾ ਬਾਈ ਥੋੜ੍ਹਾ ਟਾਈਮ ਲੱਗੂਗਾ, ਸਮਾਨ ਵੀ ਰੈਡੀ ਕਰਨਾ ਵਾ। ਮੈਂ ਕਿਹਾ ਬਾਈ ਥੋੜ੍ਹਾ ਰੁੱਕ ਗਿਆ ਜੀ, ਉਹ ਕਹਿੰਦਾ ਚੱਲ ਠੀਕ ਆ, ਮੈਂ ਨਾਲ ਹੀ ਪਾਰਕ 'ਚ ਬੈਠਾ। ਇੱਥੇ ਨੇੜੇ ਤੇੜੇ ਕੋਈ ਪਾਰਕ ਹੈ? ਹਾਂ ਹੈਗੀ ਆ, ਨਾਲ ਹੀ ਆ ਪਾਰਕ ਤਾਂ।
ਓਏ ਨਰਿੰਦਰ, ਹਾਂ ਜਨਾਬ, ਕੋਈ ਇਦਾਂ ਦਾ ਪਾਰਸਲ ਆਇਆ ਜਿਹਦੇ 'ਚ ਕੋਈ ਚੀਜ਼ ਨਾ ਹੋਵੇ? ਓ ਨਹੀਂ ਜਨਾਬ, ਮੈਨੂੰ ਲੱਗਦਾ ਜਨਾਨੀ ਝੂਠ ਵੜਦੀ ਹੈ। ਆਪਾਂ ਇੱਕ ਵਾਰੀ ਥਾਣੇ ਬੁਲਾਉਣਿਆਂ ਨੂੰ, ਫਿਰ ਦੇਖਿਓ ਕਿਵੇਂ ਸੱਚ ਦੱਸਦੀ ਹੈ। ਓਏ ਜੇ ਕੁਝ ਨਹੀਂ ਹੋਣਾ, ਤੂੰ ਪਾਰਕ 'ਚ ਨਿਗਾਹ ਮਾਰ, ਸ਼ਾਇਦ ਕੁਝ ਆਪਾਂ ਨੂੰ ਮਿਲ ਜੇ। ਠੀਕ ਹੈ ਜਨਾਬ, ਮੈਂ ਨਿਗਾਹ ਮਾਰਦਾ। ਸਰੇ ਪੂਰੀ ਤਰ੍ਹਾਂ ਜੁੜ ਚੁੱਕੀ ਹੈ, ਪਰ ਇਹਦੇ ਕੁਝ ਕੁ ਪਾਰਟ ਅਜੇ ਮਿਸਿੰਗ ਨੇ। ਪਰ ਮੈਨੂੰ ਲੱਗਦਾ ਤੁਹਾਨੂੰ ਇਸ ਤੋਂ ਕਾਫੀ ਕੁਝ ਮਿਲ ਜਾਣਾ ਜੀ। ਹੁਣ ਸਮਝ ਆਇਆ ਜੋ ਵੀ ਹੋਇਆ ਕਿਵੇਂ ਹੋਇਆ। ਪਿਆਰੇ ਮੋਹਿਤ, ਕੀ ਹਾਲ ਹੈ ਤੁਹਾਡਾ? ਮੈਂ ਸੁਣਿਆ ਤੁਸੀਂ ਵਿਆਹ ਕਰਵਾ ਲਿਆ, ਪਰ ਤੁਸੀਂ ਮੈਨੂੰ ਬੁਲਾਇਆ ਹੀ ਨਹੀਂ। ਚਲੋ ਕੋਈ ਗੱਲ ਨਹੀਂ, ਸੋਚਿਆ ਮਿਲ ਕੇ ਵਧਾਈ ਦੇਵਾਂਗੀ, ਫਿਰ ਸੋਚਿਆ ਮਿਲਣਾ ਠੀਕ ਰਹੂਗਾ। ਨਹੀਂ ਨਾ, ਫਿਰ ਸੋਚਿਆ ਫੋਨ ਕਰ ਲੈਂਦੀ ਹਾਂ, ਪਰ ਤੁਸੀਂ ਤਾਂ ਆਪਣਾ ਮੋਬਾਈਲ ਨੰਬਰ ਹੀ ਬਦਲ ਲਿਆ। ਪਰ ਮੈਨੂੰ ਤੁਹਾਡਾ ਐਡਰੈਸ ਦਾ ਪਤਾ ਸੀ, ਤਾਂ ਚਿੱਠੀ ਪਾਈ ਆ ਤੁਹਾਨੂੰ। ਤੁਹਾਨੂੰ ਤਾਂ ਯਾਦ ਵੀ ਨਹੀਂ ਹੋਣਾ ਕਿ ਮੈਂ ਕੌਣ ਆ। ਚਲੋ ਯਾਦ ਕਰਵਾਉਂਦੀ ਹਾਂ ਤੁਹਾਨੂੰ, ਕੁਝ ਸਾਲ ਪਿੱਛੇ ਜਾਣਾ ਪੈਣਾ। ਮੋਹਿਤ, ਪਤਾ ਚੱਲਿਆ ਕਿਸਨੇ ਭੇਜਿਆ? ਨਹੀਂ, ਮੈਂ ਤਾਂ ਬਾਕਸ ਵੀ ਖੋਲਿਆ, ਇਹਦੇ 'ਚ ਵੀ ਕੁਛ ਨਹੀਂ ਮਿਲਿਆ। ਅੱਛਾ, ਇੱਦਾਂ ਦਾ ਮਜ਼ਾਕ ਕੌਣ ਕਰ ਸਕਦਾ ਫਿਰ? ਮੈਂ ਤਾਂ ਖੁਦ ਹੈਰਾਨ ਹਾਂ ਕਿ ਇੱਦਾਂ ਦਾ ਮਜ਼ਾਕ ਕੌਣ ਕਰ ਸਕਦਾ। ਮੈਂ ਬਾਹਰੋਂ ਕੁਛ ਲੈ ਕੇ ਆਵਾਂ? ਭਾਜੀ, ਦੋ ਪਲੇਟ ਨਾਨ ਦੀ ਕਰਿਓ ਜੀ। ਓ ਬਾਈ, ਥੋੜ੍ਹਾ ਟਾਈਮ ਲੱਗ ਜਾਣਾ, ਹੁਣੇ ਹੁਣੇ ਆਇਆ ਸਮਾਨ ਰੈਡੀ ਕਰਨ, ਅਤੇ ਰੁਕ ਕੇ ਆ ਜਾਇਓ। ਕੋਈ ਗੱਲ ਨਹੀਂ ਜੀ, ਮੈਂ ਸਾਹਮਣੇ ਪਾਰਕ 'ਚ ਬੈਠਾ, ਤੁਸੀਂ ਪੈਕ ਕਰ ਦਿਓ। ਚਲੋ ਠੀਕ ਹੈ, ਕੋਈ ਗੱਲ ਨਹੀਂ। ਠੀਕ ਹੈ ਜੀ।
ਮੇਰੇ ਨਾਲ ਤੂੰ ਜੀਣ ਮਰਨ ਦੀਆਂ ਕਸਮਾਂ ਖਾਇਆ ਕਰਦਾ ਸੀ। ਤੂੰ ਮੈਨੂੰ ਛੱਡ ਸਕਦਾ ਪਰ ਮੈਂ ਤੈਨੂੰ ਨਹੀਂ ਛੱਡ ਸਕਦੀ। ਮੈਂ ਰੂਹੀ ਹਾਂ ਜੋ ਕਦੇ ਤੇਰੀ ਜਾਨ ਹੋਇਆ ਕਰਦੀ ਸੀ। ਮੈਨੂੰ ਸਭ ਯਾਦ ਆ ਜਦੋਂ ਤੂੰ ਮੈਨੂੰ ਪਹਿਲੀ ਵਾਰ ਮਿਲਿਆ ਸੀ। ਸੱਚੀ ਆਈਸਕ੍ਰੀਮ ਵਰਗਾ ਮਿੱਠਾ ਹੋ ਕੇ ਮਿਲਿਆ ਸੀ। ਠੰਡੀ ਠੰਡੀ ਦਰਿਆ ਦੇ ਵਹਿੰਦੇ ਪਾਣੀ ਦੀ ਹਵਾ, ਤੇਰਾ ਮੇਰੇ ਨਾਲ ਦੇਰ ਤੱਕ ਗੱਲਾਂ ਕਰਨੀਆਂ, ਮੈਨੂੰ ਸਭ ਯਾਦ ਆ। ਤੇਰੀ ਤਾਂ ਮੈਨੂੰ ਸਾਹਾਂ ਦੀ ਖੁਸ਼ਬੂ ਵੀ ਯਾਦ ਆ। ਆਪਣੇ ਦੋਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਮੇਰੇ ਕੋਲ, ਜਿਨ੍ਹਾਂ 'ਚ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਅਤੇ ਬਹੁਤ ਖੁਸ਼ ਹਾਂ। ਪਰ ਅਫਸੋਸ, ਤੂੰ ਮੇਰੇ ਨਾਲ ਧੋਖਾ ਕੀਤਾ। ਕੁਛ ਦਿਨ ਨੇ ਮੇਰੇ ਕੋਲ, ਉਸ ਤੋਂ ਬਾਅਦ ਮੈਂ ਆਤਮ ਹੱਤਿਆ ਕਰ ਲੈਣੀ ਆ ਅਤੇ ਮੈਂ ਕਹਿਣਾ ਜੋ ਵੀ ਹੋ ਰਿਹਾ ਉਸਦੇ ਪਿੱਛੇ ਤੇਰਾ ਹੱਥ ਆ। ਇਹ ਸਭ ਪਬਲਿਸ਼ ਹੋ ਜਾਣਾ ਕਿਉਂਕਿ ਜੇ ਮੈਂ ਨਹੀਂ ਨਾ ਜੀ ਸਕਦੀ, ਜਿਉਂਦਾ ਤੈਨੂੰ ਵੀ ਨਹੀਂ ਰਹਿਣ ਦੇਵਾਂਗੀ। ਹੈਲੋ, ਕਿੱਧਰ ਖੋ ਗਏ? ਕੀ ਲੈ ਕੇ ਆਏ ਹੋ? ਓਹ, ਰੇੜੀ ਵਾਲੇ ਕੋਲ ਪੀੜੀ ਬਹੁਤ ਸੀ, ਉਹ ਕਹਿੰਦਾ ਵੇਟ ਕਰ ਲਓ। ਮੈਂ ਸਾਹਮਣੇ ਪਾਰਕ 'ਚ ਬੈਠ ਗਿਆ, ਉੱਧਰੋਂ ਸਿੱਧਾ ਇੱਧਰ ਹੀ ਆ ਗਿਆ। ਸੋਰੀ ਯਾਰ, ਮੈਂ ਭੁੱਲ ਗਿਆ, ਮੈਂ ਹੁਣੇ ਲੈ ਕੇ ਆਉਣਾ। ਵੀਰ ਜੀ, ਪੈਕ ਹੋ ਗਏ ਕਿ ਨਹੀਂ? ਬਾਈ ਯਾਰ, ਕਿੰਨਾ ਟਾਈਮ ਲਾਤਾ, ਇਹ ਤਾਂ ਕਦੋਂ ਦੇ ਰੈਡੀ ਹੋਏ ਪਏ ਨੇ। ਕੋਈ ਗੱਲ ਨਹੀਂ, ਦੇ ਦਿਓ। ਹੈਲੋ, ਕਿੰਨੇ ਪੈਸੇ ਹੋ ਗਏ? 100 ਰੁਪਏ ਦੇ ਦਿਓ। ਆ ਲਓ ਜੀ, ਠੀਕ ਹੈ। ਚਲੋ ਠੀਕ ਹੈ ਜੀ। ਇਹੋ ਜਿਹਾ ਮਜ਼ਾਕ ਨਾ ਅੱਗੇ ਤੋਂ ਨਹੀਂ ਹੋਣਾ ਚਾਹੀਦਾ। ਤੂੰ ਮੇਰੇ ਨਾਲ ਧੋਖਾ ਕੀਤਾ। ਕੁਛ ਦਿਨ ਨੇ ਮੇਰੇ ਕੋਲ, ਉਸ ਤੋਂ ਬਾਅਦ ਮੈਂ ਆਤਮ ਹੱਤਿਆ ਕਰ ਲੈਣੀ ਆ ਅਤੇ ਮੈਂ ਕਹਿਣਾ ਜੋ ਵੀ ਹੋ ਰਿਹਾ ਉਸਦੇ ਪਿੱਛੇ ਤੇਰਾ ਹੱਥ ਆ। ਇਹ ਸਭ ਪਬਲਿਸ਼ ਹੋ ਜਾਣਾ ਕਿਉਂਕਿ ਜੇ ਮੈਂ ਨਹੀਂ ਨਾ ਜੀ ਸਕਦੀ, ਜਿਉਂਦਾ ਤੈਨੂੰ ਵੀ ਨਹੀਂ ਰਹਿਣ ਦੇਵਾਂਗੀ।
ਹੈਲੋ, ਮੈਂ ਇੰਸਪੈਕਟਰ ਬਲਵੀਰ ਸਿੰਘ ਬੋਲ ਰਿਹਾ। ਮਾਫ ਕਰਨਾ, ਮੈਂ ਤੁਹਾਨੂੰ ਇੰਨੀ ਰਾਤ ਨੂੰ ਫੋਨ ਕੀਤਾ। ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ। ਕੋਈ ਗੱਲ ਨਹੀਂ ਸਰ, ਮੈਂ ਤਾਂ ਵੈਸੇ ਵੀ ਜਾਗ ਹੀ ਰਹੀ ਸੀ। ਤੁਹਾਡੇ ਵਿਆਹ ਤੋਂ ਪਹਿਲਾਂ ਮੋਹਿਤ ਦੀ ਕਿਸੇ ਕੁੜੀ ਨਾਲ ਗੱਲਬਾਤ ਸੀ? ਮੈਨੂੰ ਤਾਂ ਨਹੀਂ ਇੱਦਾਂ ਦਾ ਕੁਛ ਵੀ ਲੱਗਦਾ ਸਰ, ਕਿਉਂਕਿ 2 ਸਾਲ ਤੋਂ ਅਸੀਂ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਫਿਰ ਅਸੀਂ ਲਵ ਮੈਰਿਜ ਕੀਤੀ ਆ। ਇਨਫੈਕਟ ਸਾਡੇ ਦੋਹਾਂ ਦੀ ਫੈਮਿਲੀ ਵੀ ਬਹੁਤ ਜ਼ਿਆਦਾ ਹੈਪੀ ਸੀ। ਵੈਸੇ ਤੁਸੀਂ ਇੱਦਾਂ ਕਿਉਂ ਪੁੱਛ ਰਹੇ ਹੋ? ਫਿਲਹਾਲ ਤਾਂ ਇਹੀ ਕਹਿ ਸਕਦੇ ਹਾਂ, ਜੋ ਬਾਕਸ ਮੋਹਿਤ ਨੇ ਖੋਲ੍ਹਿਆ ਸੀ ਉਹਦੇ ਵਿੱਚ ਇੱਕ ਚਿੱਠੀ ਸੀ। ਜੋ ਚਿੱਠੀ ਹੈ ਉਹ ਕੁੜੀ ਵੱਲੋਂ ਲਿਖੀ ਹੋਈ ਹੈ। ਇਹਦੇ ਮੁਤਾਬਕ ਕੁੜੀ ਅਤੇ ਮੋਹਿਤ ਦੇ ਰਿਲੇਸ਼ਨ ਸੀ। ਇਹ ਵੀ ਹੋ ਸਕਦਾ ਕਿ ਉਹਨਾਂ ਦੇ ਰਿਲੇਸ਼ਨ ਤੁਹਾਡੇ ਵਿਆਹ ਤੋਂ ਪਹਿਲਾਂ ਦੇ ਹੋਣ। ਤੁਹਾਨੂੰ ਕੁੜੀ ਬਾਰੇ ਕੁਝ ਪਤਾ ਲੱਗਦਾ, ਤੁਸੀਂ ਸਾਨੂੰ ਜ਼ਰੂਰ ਦੱਸਿਓ, ਕੇਸ ਸਾਡੀ ਹੈਲਪ ਹੋਵੇਗੀ। ਹਾਂਜੀ, ਓਕੇ ਸਰ। ਸਰ, ਇੱਕ ਇੰਟਰਸਟਿੰਗ ਗੱਲ ਦੱਸਾਂ ਜੀ। ਦੱਸੋ। ਜੋ ਦੂਸਰੀ ਡੈੱਡ ਬੋਡੀ ਨਾਲ ਆਪਾਂ ਨੂੰ ਚਿੱਠੀ ਮਿਲੀ ਸੀ, ਇਹਦੀ ਹੈਂਡਰਾਈਟਿੰਗ ਅਤੇ ਇਸ ਲੈਟਰ ਦੀ ਹੈਂਡਰਾਈਟਿੰਗ 90% ਤੱਕ ਮੈਚ ਕਰਦੀ ਹੈ। ਇੱਕ ਵਾਰ ਦੇਖੋ। ਜਨਾਬ, ਇੱਕ ਗੱਲ ਪੁੱਛਾਂ ਜੀ। ਪੁੱਛ। ਮੇਰੇ ਨਾ ਦਿਮਾਗ ਦੇ ਵਿੱਚ 2 ਗੱਲਾਂ ਰੜਕੀ ਜਾਂਦੀਆਂ ਨੇ। ਇੱਕ ਤਾਂ ਇਹ ਜੀ ਵੀ ਅੱਜ ਦੇ ਜ਼ਮਾਨੇ 'ਚ ਕੋਈ ਚਿੱਠੀ ਕਿਉਂ ਲਿਖੂਗਾ? ਦੂਜੀ ਗੱਲ ਇਹ ਜੀ, ਜੇ ਕੋਈ ਲਿਖੂਗਾ ਵੀ ਨਾ ਤਾਂ ਉਹਨੂੰ ਪੜ੍ਹਨ ਵਾਲਾ ਬੰਦਾ ਪੜ੍ਹਦੇ ਸਾਰ ਆਤਮ ਹੱਤਿਆ ਕਿਉਂ ਕਰ ਲੈਂਦਾ ਜੀ? ਸ਼ਾਇਦ ਕੁਝ ਗੱਲਾਂ ਦਾ ਜਵਾਬ ਸਾਨੂੰ ਕਰਨਾ। ਮੇਰੇ ਪਾਪਾ ਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਸੀ। ਮੈਨੂੰ ਤਾਂ ਹੈਰਾਨੀ ਹੈ, ਸੁਸਾਈਡ ਕਿਵੇਂ ਕਰ ਸਕਦੇ ਆ? ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਜ਼ਰੂਰੀ ਨਹੀਂ ਕਿ ਤੁਹਾਡੇ ਪਾਪਾ ਜੀ ਤੁਹਾਡੇ ਨਾਲ ਹਰੇਕ ਗੱਲ ਸ਼ੇਅਰ ਕਰਨ। ਸਾਨੂੰ ਮੌਕੇ ਵਾਰਦਾਤ 'ਤੇ ਜੋ ਚਿੱਠੀ ਮਿਲੀ ਹੈ ਉਹ ਇਹ ਕਹਿੰਦੀ ਹੈ ਕਿ ਤੁਹਾਡੇ ਪਾਪਾ ਨੇ ਆਪਣੇ ਦੋਸਤ ਦੇ ਕਾਰੋਬਾਰ 'ਤੇ ਧੱਕੇ ਨਾਲ ਆਪਣਾ ਕਬਜ਼ਾ ਕੀਤਾ ਹੋਇਆ। ਅਤੇ ਜਿੱਥੇ ਤੱਕ ਮੈਨੂੰ ਯਾਦ ਹੈ, ਇਹ ਸਾਨੂੰ ਵਿਰਾਸਤ 'ਚ ਮਿਲਿਆ ਅਤੇ ਮੇਰੇ ਪਾਪਾ ਦਾ ਕੋਈ ਪਾਰਟਨਰ ਵੀ ਨਹੀਂ ਸੀ। ਹੈਲੋ। ਹਾਂਜੀ, ਸਾਡਾ ਕੰਮ ਪੂਰਾ ਹੋ ਚੁੱਕਿਆ। ਮੋਹਿਤ ਕੁਮਾਰ ਦੀ ਬੋਡੀ ਅਸੀਂ ਉਹਨਾਂ ਦੀ ਵਾਈਫ ਨੂੰ ਹੈਂਡਓਵਰ ਕਰ ਦਿੱਤੀ ਹੈ ਅਤੇ ਦੂਜੀ ਡੈੱਡ ਬੋਡੀ ਦਾ ਵੀ ਪੋਸਟਮਾਰਟਮ ਹੋ ਚੁੱਕਿਆ ਅਤੇ ਉਹਨਾਂ ਦੀ ਫੈਮਿਲੀ ਨੂੰ ਵੀ ਅਸੀਂ ਇਹ ਬੋਡੀ ਦੇ ਸਕਦੇ ਹਾਂ। ਪਰ ਮੈਨੂੰ ਇੱਕ ਹੋਰ ਵੀ ਜਾਣਕਾਰੀ ਮਿਲੀ ਆ, ਜੇ ਤੁਸੀਂ ਮੇਰੇ ਕੋਲ ਆ ਜਾਓ ਤਾਂ ਆਪਾਂ ਇਸ ਵਿਸ਼ੇ 'ਤੇ ਖੁੱਲ੍ਹ ਕੇ ਡਿਸਕਸ ਕਰ ਸਕਦੇ ਹਾਂ। ਜੀ ਡਾਕਟਰ ਸਾਹਿਬ, ਮੈਂ ਜਦੋਂ ਵੀ ਫ੍ਰੀ ਹੁੰਦਾ ਤੁਹਾਡੇ ਕੋਲ ਆ ਕੇ ਜਾਂਦਾ। ਜੀ, ਅਸੀਂ ਆ ਗਏ। ਤੁਹਾਨੂੰ ਕਿਸੇ 'ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੈ ਤਾਂ ਤੁਸੀਂ ਸਾਡੇ ਕੋਲ ਆ ਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ। ਜੇ ਤੁਸੀਂ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤਾਂ ਇਹਦੇ 'ਚ ਨੁਕਸਾਨ ਤੁਹਾਡਾ ਆਪਣਾ ਹੈ। ਅੱਜ ਤੁਹਾਡੇ ਫਾਦਰ ਸਾਹਿਬ ਦੀ ਸ਼ਾਮ ਤੱਕ ਡੈੱਡ ਬੋਡੀ ਮਿਲ ਜੂਗੀ, ਹੁਣ ਤੁਸੀਂ ਜਾ ਸਕਦੇ ਹੋ।
ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਜੇ ਸਿੰਪਲ ਤਰੀਕੇ ਨਾਲ ਦੇਖਿਆ ਜਾਵੇ ਤਾਂ ਇਹ ਦੋਨੋਂ ਕੇਸ ਸੁਸਾਈਡ ਦੇ ਨਜ਼ਰ ਆਉਂਦੇ ਨੇ, ਪਰ ਇਹਨਾਂ ਦੀ ਬੋਡੀ ਦੇ ਵਿੱਚ ਇੱਕ ਐਸਾ ਕੈਮੀਕਲ ਡਿਟੈਕਟ ਹੋਇਆ ਜੋ ਉਸ ਚਿੱਠੀ ਦੇ ਸੈਂਪਲ ਤੋਂ ਵੀ ਮਿਲਿਆ ਸੀ। ਪਰ ਇਹ ਕੈਮੀਕਲ ਕਿਸੇ ਦੀ ਜਾਨ ਨਹੀਂ ਲੈ ਸਕਦਾ। ਇਸ ਕੈਮੀਕਲ ਦਾ ਅਸਰ ਕੀ ਹੁੰਦਾ? ਜਿਵੇਂ ਤੁਸੀਂ ਦੇਖਿਆ ਹੋਣਾ ਕਿ ਜੋ ਲੋਕ ਭੰਗ ਪੀਂਦੇ ਨੇ, ਭੰਗ ਪੀਣ ਤੋਂ ਬਾਅਦ ਜੋ ਬੰਦਾ ਹੱਸਣ ਲੱਗਦਾ ਹੱਸੀ ਜਾਂਦਾ, ਜੇ ਕੋਈ ਰੋਣ ਲੱਗਦਾ ਰੋਈ ਜਾਂਦਾ। ਇਸ ਤਰ੍ਹਾਂ ਇਸ ਲਈ ਹੁੰਦਾ ਕਿਉਂਕਿ ਭੰਗ ਪੀਣ ਤੋਂ ਪਹਿਲਾਂ ਉਹਨਾਂ ਦੇ ਮਨ ਦੇ ਵਿੱਚ ਜੋ ਵਿਚਾਰ ਆਉਂਦੇ ਨੇ, ਭੰਗ ਜਾਂ ਗਾਂਜਾ ਉਹੀ ਵਿਚਾਰਾਂ ਦੀ ਉਥਲ ਪੁਥਲ ਕਰਦੇ ਨੇ। ਕੁਛ ਇਸੇ ਤਰ੍ਹਾਂ ਦਾ ਅਸਰ ਇਸ ਕੈਮੀਕਲ ਦਾ ਵੀ ਹੈ। ਤੁਸੀਂ ਸਮਝ ਰਹੇ ਹੋ ਨਾ ਕਿ ਮੈਂ ਕੀ ਕਹਿਣਾ ਚਾਹੁੰਦਾ? ਮੈਨੂੰ ਕੁਝ ਨਾ ਕੁਝ ਗੱਲ ਸਮਝ ਆ ਰਹੀ ਹੈ। ਤੁਹਾਡੇ ਮਾਇੰਡ 'ਚ ਕੀ ਆ ਰਿਹਾ? ਚਿੱਠੀ ਉੱਤੇ ਕੈਮੀਕਲ ਲੱਗਿਆ ਹੋਇਆ ਸੀ, ਮਤਲਬ ਚਿੱਠੀ ਰਾਹੀਂ ਉਹਨਾਂ ਨੂੰ ਗਿਲਟੀ ਮਹਿਸੂਸ ਕਰਾਏਗੀ ਜੋ ਜੋ ਉਹਨਾਂ ਨੇ ਗਲਤੀ ਕੀਤੀ ਸੀ। ਪਹਿਲਾਂ ਉਹਨਾਂ ਨੂੰ ਧਮਕੀ ਦਿੱਤੀ ਗਈ, ਉਸ ਤੋਂ ਬਾਅਦ ਕੈਮੀਕਲ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤਾ, ਉਸ ਤੋਂ ਬਾਅਦ ਤਾਂ ਸੁਸਾਈਡ ਤੋਂ ਬਿਨਾਂ ਉਹਨਾਂ ਕੋਲ ਕੋਈ ਚਾਰਾ ਹੀ ਨਹੀਂ ਸੀ। ਮਤਲਬ ਸਾਹਮਣੇ ਵਾਲਾ ਕੈਮੀਕਲ ਦੀ ਚੰਗੀ ਜਾਣਕਾਰੀ ਰੱਖਦਾ? ਹਾਂ, ਫੀਮੇਲ ਸੀ ਇਹ ਤਾਂ ਪਤਾ, ਪਰ ਕੈਮੀਕਲ ਦੀ ਇੰਨੀ ਜਾਣਕਾਰੀ ਰੱਖਦਾ ਹੈ, ਉਹ ਤੋਂ ਆਪਾਂ ਨੂੰ ਹੋਰ ਵੀ ਬਹੁਤ ਕੁਛ ਮਿਲ ਸਕਦਾ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਹਾਂ, ਜਸਵੰਤ ਸਿੰਘ ਦੇ ਨਾਂ 'ਤੇ ਨਾ ਜੀ ਪਾਰਸਲ ਸੀਗਾ। ਪਾਰਸਲ? ਹਾਂਜੀ। ਉਹ ਆਹ ਕਿਹੜਾ ਟਾਈਮ ਆ ਪਾਰਸਲ ਦਾ? ਸਰ ਜੀ, ਪਾਰਸਲ ਤਾਂ ਟਾਈਮ 'ਤੇ ਸੀ, ਮੈਂ ਹੀ ਲੇਟ ਹਾਂ ਜੀ। ਤੂੰ ਜ਼ਿਆਦਾ ਲੇਟ ਹੋ ਗਿਆ ਲੱਗਦਾ ਮੈਨੂੰ। ਚੱਲ ਐਂ ਕਰ, ਮੁਨਸ਼ੀ ਸਾਹਿਬ ਨੂੰ ਫੜਾ ਦੇ ਜਾ ਕੇ। ਬੈਗ ਰੱਖਦਾ ਜੀ। ਰੱਖ ਦੇ। ਸਰ ਜੀ, ਜਸਵੰਤ ਸਿੰਘ ਦੇ ਨਾਂ 'ਤੇ ਜੀ ਪਾਰਸਲ ਸੀਗਾ ਜੀ। ਸਾਈਨ ਕਰ ਦਿਓ ਜੀ। ਥੈਂਕ ਯੂ ਜੀ। ਉਹ ਕਿੱਥੇ ਚੱਲਿਆ? ਹਾਂਜੀ, ਇੱਧਰ ਨੇ ਟ੍ਰਿਬਿਊਨ ਮਾਰੂਗਾ। ਕਿੰਨੀ ਕੁ ਦਿਹਾੜੀ ਬਣ ਜਾਂਦੀ ਆ? 300 ਦਿੰਦੀ ਆ ਜੀ ਕੰਪਨੀ। ਅੱਛਾ, ਬਾਕੀ ਪਾਸਪੋਰਟ ਗਿਫਟ ਗੁਫਟ ਦੇ ਮਿਲਾ ਕੇ ਜੀ 700 ਰੁਪਇਆ ਬਣ ਜਾਂਦਾ। ਜਾਵਾਂ ਜੀ? ਹੈ ਇੱਛਾ ਰਹਿਣ ਦੀ? ਉਹ ਵੀ ਪੂਰੀ ਕਰ ਦਿੰਦੇ ਆ। ਨਹੀਂ ਜੀ, ਥੈਂਕ ਯੂ ਜੀ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਿੰਦਰ ਸਿੰਘ ਜੀ। ਹਾਂਜੀ, ਇੱਕ ਨਾ ਜੀ ਤੁਹਾਡੇ ਨਾਮ 'ਤੇ ਪਾਰਸਲ ਹੈ। ਇਸ ਟਾਈਮ? ਨਹੀਂ, ਪਾਰਸਲ ਦਾ ਟਾਈਮ 'ਤੇ ਸੀ ਜੀ, ਮੈਂ ਹੀ ਲੇਟ ਹੋ ਗਿਆ। ਅੱਛਾ, ਕੋਈ ਗੱਲ ਨਹੀਂ, ਇੱਥੇ ਸਾਈਨ ਕਰ ਦਿਓ ਜੀ। ਥੈਂਕ ਯੂ ਜੀ। ਸਰ, ਇਲੈਕਸ਼ਨ ਆ ਗਏ ਨੇ, ਸਾਡਾ ਵੀ ਧਿਆਨ ਰੱਖਿਓ। ਹਾਂਜੀ ਹਾਂਜੀ ਹਾਂਜੀ। ਮੇਅ ਕਮਿੰਗ ਸਰ? ਹਾਂਜੀ ਸਰ, ਫਾਈਲ 'ਤੇ ਸਾਈਨ ਚਾਹੀਦੇ ਸੀਗੇ। ਸਰ, ਇੱਕ ਤੁਹਾਡੇ ਲਈ ਕੋਰੀਅਰ ਵੀ ਆਇਆ ਜੀ। ਮੈਨੂੰ ਸਭ ਯਾਦ ਸੱਚੀ ਪਰ ਅਫਸੋਸ ਜਨਾਬ, ਆਹ ਸਾਲਾ ਕੇਸ ਉਲਝਦਾ ਹੀ ਜਾ ਰਿਹਾ, ਕਾਤਲ ਕੋਈ ਸਬੂਤ ਹੀ ਨਹੀਂ ਛੱਡ ਰਿਹਾ, ਐਂ ਆਪਾਂ ਕਿਵੇਂ ਪਹੁੰਚਾਂਗੇ ਤਹਿ ਤੱਕ? ਇੱਕ ਗੱਲ ਤਾਂ ਸਾਫ ਹੈ, ਜੋ ਵੀ ਹੋ ਰਿਹਾ ਬਦਲੇ ਦੀ ਭਾਵਨਾ ਨਾਲ ਹੋ ਰਿਹਾ। ਪਰ ਹਾਂ, ਗੱਲ ਇੱਥੇ ਨਹੀਂ ਮੁੱਕਦੀ, ਉਹ ਕੁੜੀ ਕੋਲ ਇਹਨਾਂ ਖਿਲਾਫ ਬਹੁਤ ਸਬੂਤ ਹੈ, ਕੀ ਪਤਾ ਮੇਰੇ ਸਾਲਿਆਂ ਨੇ ਕੁੜੀ ਨਾਲ ਕੁਛ ਗਲਤ ਕੀਤਾ ਹੋਵੇ। ਪਰ ਸੋਚਣ ਵਾਲੀ ਗੱਲ ਇਹ ਵੀ ਹੈ, ਜਿਨ੍ਹਾਂ ਦੇ ਬੰਦੇ ਮਰੇ ਹੈ ਉਹਨਾਂ ਦੇ ਪਰਿਵਾਰਾਂ ਨੂੰ ਕੁੜੀ ਬਾਰੇ ਪਤਾ ਹੀ ਕੁਝ ਨਹੀਂ, ਜਾਂ ਮੇਰੇ ਸਾਲੇ ਜਾਣ ਕੇ ਨਹੀਂ ਦੱਸ ਰਹੇ। ਹੈਲੋ, ਜੈ ਹਿੰਦ ਜਨਾਬ, ਗਿਰੀਰਾਜ ਬੋਲ ਰਿਹਾ ਜੀ। ਆਫਿਸ ਤੋਂ ਫੋਨ ਆਇਆ ਜੀ, DSP ਸਾਹਿਬ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।
ਜਨਾਬ ਇੱਕ ਕੋਰੀਅਰ ਆਇਆ ਸੀ, ਮੈਂ ਜਨਾਬ ਨੂੰ ਪਾਰਸਲ ਫੜਾ ਕੇ ਬਾਹਰ ਚਲਾ ਗਿਆ ਅਤੇ ਜਦੋਂ ਮੈਂ ਬਾਹਰ ਗਿਆ ਮੈਨੂੰ ਗੋਲੀ ਦੀ ਆਵਾਜ਼ ਸੁਣੀ। ਮੈਂ ਗੋਲੀ ਦੀ ਆਵਾਜ਼ ਸੁਣ ਕੇ ਅੰਦਰ ਆ ਗਿਆ ਅਤੇ ਆ ਕੇ ਦੇਖਿਆ ਸਾਹਿਬ ਨੇ ਖੁਦ ਨੂੰ ਗੋਲੀ ਮਾਰੀ ਹੋਈ ਹੈ ਅਤੇ ਕੋਰੀਅਰ ਕੋਲ ਪਿਆ। ਕੋਰੀਅਰ ਬੁਆਏ ਨੂੰ ਟਰੇਸ ਕਰੋ, ਜਿੱਥੇ ਮਿਲਦਾ ਚੱਕ। ਜਦੋਂ ਤੁਸੀਂ ਮੈਨੂੰ ਮੋਹਿਤ ਦੇ ਪਾਸਟ ਬਾਰੇ ਪੁੱਛਿਆ ਸੀ ਉਸ ਟਾਈਮ ਤਾਂ ਮੇਰੇ ਦਿਮਾਗ ਵਿੱਚ ਕੁਛ ਵੀ ਨਹੀਂ ਆ ਰਿਹਾ ਸੀ, ਬਟ ਬਾਅਦ ਵਿੱਚ ਮੈਨੂੰ ਯਾਦ ਆਇਆ ਜਦੋਂ ਅਸੀਂ ਦੋਨੋਂ ਰਿਲੇਸ਼ਨ 'ਚ ਆਏ ਸੀ ਅਸੀਂ ਇੱਕ ਦੂਜੇ ਨੂੰ ਜਾਣ ਹੀ ਰਹੇ ਸੀ, ਸਾਡੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਸੀ। ਉਸ ਟਾਈਮ ਮੋਹਿਤ ਨੇ ਇੱਕ ਕੁੜੀ ਦਾ ਜ਼ਿਕਰ ਕੀਤਾ ਸੀ, ਬਹੁਤ ਟਾਈਮ ਪਹਿਲਾਂ ਉਹ ਉਸ ਕੁੜੀ ਦਾ ਕ੍ਰਸ਼ ਸੀ। ਉਹਨਾਂ ਨੇ ਉਸ ਕੁੜੀ ਦੀ ਫੋਟੋ ਮੈਨੂੰ ਆਪਣੇ ਕਾਲਜ ਦੀ ਗਰੁੱਪ ਫੋਟੋ ਵਿੱਚ ਦਿਖਾਈ ਸੀ। ਉਹ ਗਰੁੱਪ ਫੋਟੋ ਹੈ? ਹਾਂਜੀ, ਇਹ ਵਾਲੀ ਸਰ। ਇਹਨਾਂ ਚੋਂ ਕਿਹੜੀ ਕੁੜੀ ਆ ਉਹ? ਇਹ ਵਾਲੀ ਸਰ। ਓਕੇ, ਇਹ ਕੁੜੀ ਦਾ ਨਾਮ ਕੀ ਹੈ? ਇਹਦਾ ਰੀਅਲ ਨੇਮ ਤਾਂ ਰੋਹਨਪ੍ਰੀਤ ਹੈ, ਬਟ ਜਦੋਂ ਮੋਹਿਤ ਨੇ ਮੈਨੂੰ ਦੱਸਿਆ ਸੀ ਉਹ ਇਹਦਾ ਨਾਮ ਰੋਹੀ ਲੈ ਰਹੇ ਸੀ। ਜੇ ਤੁਸੀਂ ਕਾਲਜ 'ਚ ਜਾਓ ਤਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਸਕਦੀ ਆ। ਜਨਾਬ, ਇੱਕ ਲੇਡੀ ਦਾ ਫੋਨ ਆਇਆ ਜੀ, ਜਦੋਂ ਆਪਣੇ ਘਰ ਆਈ ਨਾ ਜੀ ਆਪਣੇ ਘਰ ਵਾਲੇ ਦੀ ਲਾਸ਼ ਵੇਖ ਕੇ ਜਾਵੇ। ਹਾਂਜੀ ਸਰ ਜੀ, ਹਾਂਜੀ ਜੀ, ਪਾਰਸਲ ਸੀਗਾ ਜੀ ਇੱਕ ਤੁਹਾਡੇ ਨਾਮ ਤੇ। ਹਾਂਜੀ, ਅੱਛਾ ਜੀ, ਮੇਰਾ ਪਾਰਸਲ ਆ ਗਿਆ ਜੀ। ਹਾਂਜੀ, ਓਕੇ ਜੀ, ਤੇ ਤੁਸੀਂ ਕਿੱਥੇ ਖੜੇ ਵੈਸੇ? ਮੈਂ ਘਰ ਦੇ ਸਾਹਮਣੇ ਖੜਾ ਜੀ। ਹਾਂਜੀ, ਓਕੇ ਜੀ, ਮੈਂ ਆ ਗਿਆ ਬਸ 2 ਮਿੰਟ ਦਾ ਜੀ। ਹਲੇ ਇਹਨਾਂ ਦੀ ਰਿਟਾਇਰਮੈਂਟ ਨੂੰ 1 ਮਹੀਨਾ ਹੀ ਹੋਇਆ। ਬਹੁਤ ਤਰ੍ਹਾਂ ਦੇ ਲੋਕ ਆਏ ਸੀ ਉਹਨਾਂ ਦੇ ਰਿਟਾਇਰਮੈਂਟ ਤੇ, ਉਹਨਾਂ ਦਾ ਤਾਂ ਪਿਆਰ ਹੀ ਬਹੁਤ ਸੀ ਲੋਕਾਂ ਦੇ ਨਾਲ। ਤੁਸੀਂ ਬਾਹਰ ਗਏ ਹੋਏ ਸੀ, ਤੁਹਾਨੂੰ ਕੋਈ ਯਾਦ ਹੈ ਤੁਹਾਡੇ ਤੋਂ ਬਾਅਦ ਇਹਨਾਂ ਨੂੰ ਕੋਈ ਮਿਲਣ ਆਇਆ ਹੋਵੇ? ਨਹੀਂ ਨਹੀਂ, ਰਿਟਾਇਰਮੈਂਟ ਤੋਂ ਬਾਅਦ ਤਾਂ ਉਹਨਾਂ ਨੂੰ ਕੋਈ ਮਿਲਣ ਹੀ ਨਹੀਂ ਸੀ ਆਉਂਦਾ। ਰਿਟਾਇਰਮੈਂਟ ਤੋਂ ਬਾਅਦ ਤਾਂ ਤਕਰੀਬਨ ਬੰਦ ਹੀ ਹੋ ਗਿਆ ਸੀ ਲੋਕਾਂ ਦਾ ਆਉਣਾ ਜਾਣਾ। ਕੈਮਰਾ ਫੋਟੋਜ਼ ਦੇਖ ਸਕਦੇ ਹੋ? ਐਕਚੁਅਲੀ ਨਾ ਕੁਝ ਦਿਨ ਪਹਿਲਾਂ ਬਿਜਲੀ ਜ਼ਿਆਦਾ ਹੋਣ ਕਰਕੇ ਘਰ ਦੀਆਂ ਚੀਜ਼ਾਂ ਕਾਫੀ ਸੜ ਗਈਆਂ ਤੇ ਕੈਮਰੇ ਦੀਆਂ ਤਾਰਾਂ ਵੀ ਸੜ ਗਈਆਂ, ਸ਼ਾਇਦ ਤੁਹਾਨੂੰ ਕੁਝ ਮਿਲ ਨਾ ਪਾਏ। ਜਨਾਬ, ਇੱਕ ਹੋਰ ਚਿੱਠੀ ਮਿਲੀ ਹੈ।
ਜਨਾਬ ਜਿੰਨਾ ਮੈਂ ਚੈੱਕ ਕੀਤਾ ਨਾ ਸੇਮ ਜਗ੍ਹਾ ਇੱਕੋ ਡਰੈਸ ਆ ਰਿਹਾ। ਹੋ ਸਕਦਾ ਸ਼ਾਇਦ ਹੁਣ ਵੀ ਉਹ ਉੱਥੇ ਹੀ ਹੋਣ। ਸਰ ਇਹ ਦੋ ਤਿੰਨ ਰਜਿਸਟਰ ਹੋਰ ਹੈਗੇ ਆ, ਸ਼ਾਇਦ ਇਹਨਾਂ 'ਚ ਸਾਨੂੰ ਮਿਲ ਜੇ। ਆਹ ਦੇਖਣਾ ਜ਼ਰਾ, ਥੋੜ੍ਹੀ ਜਿਹੀ ਮਿਹਨਤ ਤੁਹਾਨੂੰ ਹੋਰ ਕਰਨੀ ਪਏਗੀ। ਐਪਲੀਕੇਸ਼ਨ ਦਿੱਤੇ ਸੀਗੀ ਫੀਸ ਮਾਫੀ ਦੀ 6 ਸਾਲ ਪਹਿਲਾਂ, ਅਤੇ ਕਾਲਜ ਨੇ ਫੀਸ ਮਾਫ ਵੀ ਕਰ ਦਿੱਤੇ ਸੀਗੇ ਉਹਦੀ, ਇਸੇ ਕਰਕੇ ਰਿਕਾਰਡ ਵਿੱਚ ਪਈ ਹੋਈ ਹੈ। ਲੱਗਦਾ ਜਨਾਬ ਉਹ ਆਊਂਗਾ? ਯਾਰ ਆਉਣਾ ਤਾਂ ਚਾਹੀਦਾ, ਪਰ ਹੋ ਸਕਦਾ ਜਨਾਬ ਉਹ ਆਵਿਓ ਨਾ। ਜਿਹੜਾ ਬੰਦਾ ਇੰਨਾ ਵੱਡਾ ਕਾਂਡ ਕਰ ਗਿਆ ਹੋਵੇ ਉਹ ਤਾਂ ਗਾਇਬ ਹੀ ਹੋ ਗਿਆ ਹੋਣਾ। ਅਜੇ ਉਹਨੂੰ ਪਤਾ ਹੁੰਦਾ ਵੀ ਥਾਣੇ ਕਿਉਂ ਆਉਂਦਾ। ਪਰ ਜਨਾਬ ਇੱਥੇ ਖੜ ਕੇ ਵੀ ਕੋਈ ਫਾਇਦਾ ਨਹੀਂ, ਆਪਾਂ ਐਂ ਕਰਦੇ ਆ ਅੰਦਰ ਚੱਲਦੇ ਆ, ਉਹਦਾ ਐਡਰੈਸ ਲਿਆਉਂਦੇ ਆ, ਜਾਂ ਫਿਰ ਫੋਨ ਨੰਬਰ ਲੈ ਕੇ ਟਰੇਸ ਪਰ ਹੀ ਪਾ ਦਿੰਦੇ ਆ। ਨਾ ਨਾ ਜਨਾਬ ਕਹਿੰਦੇ ਹਜੇ ਕੁਛ ਨਹੀਂ ਕਰਨਾ, ਜਿਹਦੇ ਨਾਲ ਅਲਰਟ ਹੋਵੇ। ਰੋਹਿਤ ਪ੍ਰੀਤ ਨੂੰ ਮਿਲਣਾ ਸੀ। ਹੈਲੋ ਜੀ ਜਨਾਬ, ਆਹੀ ਮਿਲਿਆ ਜੀ ਬਸ। ਜਨਾਬ ਉਹ ਬੰਦੇ ਦੀ ਸ਼ਕਲ ਯਾਦ ਆਜੂਗੀ? ਕਿਉਂਕਿ ਇਹ ਸਾਰੇ ਟੋਪੀਆਂ ਹੀ ਲੈ ਕੇ ਰੱਖਦੇ ਆ, ਕਈ ਤਾਂ ਮੂੰਹ ਵੀ ਢੱਕ ਲੈਂਦੇ ਆ। ਉਹ ਸ਼ਕਲ ਨਹੀਂ ਯਾਦ ਰੱਖੀਆਂ ਨੇ, ਹੋਰ ਸਿੱਖਿਆ ਕੀ ਉਠਾਉਣ 'ਚ ਆਪਾਂ ਨੇ। ਮੈਨੂੰ ਚੰਗੀ ਤਰ੍ਹਾਂ ਸ਼ਕਲ ਯਾਦ ਆ ਉਹਦੀ, ਟੈਨਸ਼ਨ ਨਾ ਲੈ ਤੂੰ। ਦੇਖੋ ਜੀ 3 ਕੁ ਸਾਲ ਹੋ ਗਏ ਉਹਨਾਂ ਨੇ ਇਹ ਕੋਠੀ ਸਾਨੂੰ ਵੇਚਤੀ, ਇਸ ਤੋਂ ਬਾਅਦ ਨਾ ਹੀ ਕਿਤੇ ਉਹ ਆਏ ਨਾ ਹੀ ਕਦੀ ਅਸੀਂ ਉਹਨਾਂ ਤੋਂ ਪੁੱਛਿਆ, ਸਾਨੂੰ ਤਾਂ ਪਤਾ ਨਹੀਂ ਜੀ ਉਹ ਕਿੱਥੇ ਰਹਿੰਦੀ ਹੈ। ਪਰ ਦੇਖਣ 'ਚ ਤਾਂ ਹੁਣ ਵੀ ਉਹ ਇਸ ਤਰ੍ਹਾਂ ਲੱਗਦੀ ਹੋਣੀ ਹੈ। ਹਾਂਜੀ ਹਾਂਜੀ। ਤੁਹਾਨੂੰ ਕੋਈ ਯਾਦ ਹੈ ਜਦੋਂ ਇੱਥੇ ਰਹਿੰਦੀ ਸੀ ਕੋਈ ਉਹਦੇ ਨਾਲ ਰਹਿੰਦਾ ਹੋਵੇ?
ਰਹਿਤੇ ਉਹ ਜੀ ਇਕੱਲੀ ਰਹੀ ਸੀ ਅਤੇ ਕੁੜੀ ਵੀ ਸ਼ਰੀਫ ਸੀ। ਜਿਵੇਂ ਆਮ ਕੁੜੀਆਂ ਕਰਦੀਆਂ ਨੇ ਨਾ ਬਹੁਤਾ ਫੈਸ਼ਨ ਲਾਉਂਦੀਆਂ, ਉਹ ਬਿਲਕੁਲ ਸਿੰਪਲ ਰਹਿੰਦੀ ਸੀ ਅਤੇ ਬੋਲਦੀ ਵੀ ਬਹੁਤ ਘੱਟ ਸੀ। ਅਤੇ ਜਦੋਂ ਉਹ ਇੱਥੋਂ ਗਈ ਹੈ ਸਿਰਫ 2 ਬੈਗ ਲੈ ਕੇ ਗਈ ਹੈ, ਬਾਕੀ ਸਮਾਨ ਤਾਂ ਉਹ ਇੱਥੇ ਛੱਡ ਗਈ ਸੀ। ਪਰ ਜਦੋਂ ਤੁਸੀਂ ਉਹਨਾਂ ਤੋਂ ਕੋਠੀ ਖਰੀਦੀ ਹੋਣੀ ਹੈ, ਕੋਈ ਡਾਕੂਮੈਂਟ, ਆਧਾਰ ਕਾਰਡ ਦੀ ਫੋਟੋ ਕਾਪੀ, ਕੁਝ ਤਾਂ ਦਿੱਤਾ ਹੋਣਾ ਤੁਹਾਨੂੰ? ਨਹੀਂ ਜੀ, ਦੇਖੋ ਜੀ ਮਾਮੂਲੀ ਜੀ ਸਾਡੀ ਲਿਖਾ ਪੜ੍ਹੀ ਹੋਈ ਸੀ, ਮਾਰਕੀਟ ਵੈਲਿਊ ਦੇ ਵਿੱਚ ਪਤਾ ਕੀਤਾ ਸੀ ਕਿ ਇਸ ਕੋਠੀ ਦਾ ਰੇਟ 25 ਲੱਖ ਰੁਪਏ ਆ। ਸਾਨੂੰ ਸਮਝ ਨਹੀਂ ਆਉਂਦੀ ਉਹਨੇ ਇੰਨੇ ਘੱਟ ਰੇਟ 'ਚ ਇਸ ਦਾ ਸੌਦਾ ਕਿਵੇਂ ਦੇ ਦਿੱਤਾ। ਸਾਨੂੰ ਸਿਰਫ 7 ਲੱਖ ਰੁਪਏ 'ਚ ਇਹ ਕੋਠੀ ਵੇਚਤੀ ਸੀ। ਜਨਾਬ, ਜਿੱਥੋਂ ਤੱਕ ਮੈਨੂੰ ਲੱਗਦਾ ਨਾ, ਉਹ ਕੁੜੀ ਨੇ ਕੁਝ ਨਹੀਂ ਕੀਤਾ। ਇਹ ਤੂੰ ਨਹੀਂ, ਇਹ ਤੇਰੀ ਸਿੰਪਤੀ ਬੋਲ ਰਹੀ ਹੈ ਉਸ ਕੁੜੀ ਲਈ। ਉਹ ਨਹੀਂ ਜਨਾਬ, ਮੈਂ ਤਾਂ ਵੈਸੇ ਹੀ ਅੰਦਾਜ਼ੇ ਜਿਹੇ ਲਾ ਰਿਹਾ ਸੀ। ਮੈਂ ਸਮਝ ਸਕਦਾ ਤੂੰ ਇਸ ਤਰ੍ਹਾਂ ਦੇ ਅੰਦਾਜ਼ੇ ਕਿਉਂ ਲਾ ਸਕਦਾ, ਪਰ ਜਦੋਂ ਸ਼ਰੀਫ ਬੰਦਾ ਆਪਣੀ ਆਈ 'ਤੇ ਆ ਜਾਏ ਨਾ, ਫਿਰ ਪਤਾ ਨਹੀਂ ਲੱਗਦਾ ਉਹ ਕਿੱਥੋਂ ਤੱਕ ਜਾ ਸਕਦਾ। ਆਪਾਂ ਨੂੰ ਇਸ ਕੁੜੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਠੀਕ ਹੈ ਜਨਾਬ। ਬਹੁਤ ਇੰਤਜ਼ਾਰ ਕਰਾਇਆ ਤੂੰ ਸਾਡੇ ਤੋਂ, ਕੀ ਗੱਲ ਹੋ ਗਈ ਜਨਾਬ? ਉਹ ਗੱਲ ਤਾਂ ਤੈਨੂੰ ਥਾਣੇ ਜਾ ਕੇ ਦੱਸਦੇ ਹਾਂ। ਮੈਨੂੰ ਤਾਂ ਜੀ ਇੱਕ ਕੁੜੀ ਦਾ ਫੋਨ ਆਇਆ ਸੀਗਾ ਜੀ, ਮੈਨੂੰ ਕਹਿੰਦੀ 5000 ਕਮਾਉਣਾ ਇੱਕ ਦਿਨ 'ਚ। ਪੈਸਾ ਕਿਹਨੇ ਤਿਆਗਿਆ ਜਨਾਬ? ਮੈਂ ਉਹਦੀ ਗੱਲ ਮੰਨ ਲਈ। ਵੈਸੇ ਵੀ ਜੀ ਦਿਹਾੜੀ ਦਾ 500 ਰੁਪਇਆ ਬਣਦਾ। ਮੈਨੂੰ ਕਹਿੰਦੀ ਮਾਰਕੀਟ 'ਚ ਇੱਕ ਕੂੜੇਦਾਨ ਹੈ, ਉਹਦੇ ਕੋਲ ਇੱਕ ਲਿਫਾਫਾ ਪਿਆ ਅਤੇ ਉਹ ਲਿਫਾਫੇ 'ਚ ਬੋਕਸ ਕਿਸੇ ਨੂੰ ਡਿਲੀਵਰ ਕਰਨਾ। ਪਹਿਲਾਂ ਮੈਨੂੰ ਲੱਗਿਆ ਜੀ ਮੈਂ ਬੋਕਸ ਡਿਲੀਵਰ ਕੀਤਾ, ਕੀ ਪਤਾ ਪੈਸੇ ਮਿਲਣਗੇ ਕਿ ਨਹੀਂ ਮਿਲਣਗੇ। ਫਿਰ ਸੋਚਿਆ ਜੀ ਵਿਹਲੇ ਖੜ੍ਹੇ ਹਾਂ, ਚਲੋ ਚਾਂਸ ਲੈ ਕੇ ਦੇਖ ਲੈਂਦੇ ਹਾਂ। ਮੈਂ ਜੀ ਬੋਕਸ ਡਿਲੀਵਰ ਕੀਤਾ, ਉਸ ਤੋਂ ਬਾਅਦ ਜਦੋਂ ਵਾਪਸ ਆਇਆ ਤਾਂ ਮੈਨੂੰ ਉੱਥੋਂ ਪੈਸੇ ਮਿਲੇ 5000 ਰੁਪਇਆ। ਬਸ ਜੀ ਮੈਂ ਬੋਕਸ ਫੜਾਉਂਦਾ ਗਿਆ ਜੀ ਅਤੇ ਪੈਸੇ ਜਗਦਾ ਗਿਆ ਜੀ। ਸਾਲਿਆ, ਤੈਨੂੰ ਇਹ ਪਤਾ ਉਹ ਬੋਕਸ ਖੋਲ੍ਹਣ ਵਾਲਿਆਂ ਦਾ ਕੀ ਹਸ਼ਰ ਹੋਇਆ? ਚਾਰੇ ਬੰਦਿਆਂ ਨੇ ਸੁਸਾਈਡ ਕੀਤਾ, ਸੁਸਾਈਡ। ਪਰਮਾਤਮਾ ਦੀ ਸੌਣ ਲੱਗੇ ਜੀ, ਮੈਨੂੰ ਨਹੀਂ ਸੀ ਪਤਾ ਇਹ ਕੁਛ ਹੋ ਜਾਣਾ। ਮੈਂ ਕਿਸੇ ਨੂੰ ਨਹੀਂ ਮਾਰਿਆ ਜੀ। ਜੇ ਉਹ ਕੁੜੀ ਨਾ ਮਿਲੀ ਨਾ ਤਾਂ ਚਾਰੇ ਕਤਲ ਕੇਸ ਕਾਕਾ ਤੇਰੇ 'ਤੇ ਪੈਣੇ ਆ। ਹਾਂ, ਜੇ ਤੂੰ ਆਪਣੇ ਆਪ ਨੂੰ ਸੱਚਾ ਸਾਬਤ ਕਰਨਾ ਚਾਹੁੰਦਾ ਹੈ, ਤੂੰ ਸੱਚਾ ਹੈ, ਤੂੰ ਸਾਡਾ ਸਾਥ ਦੇ, ਤਾਂ ਕੁੜੀ ਨੂੰ ਫੜਾਉਣ ਸਾਡੀ ਮਦਦ ਕਰ। ਅਸੀਂ ਤੈਨੂੰ ਕੁਝ ਨਹੀਂ ਕਹਿੰਦੇ।
ਆਖਰੀ ਵਾਰ ਜਿਹੜੇ ਫੋਨ ਤੋਂ ਤੈਨੂੰ ਫੋਨ ਆਇਆ ਨਾ, ਉਸ ਫੋਨ 'ਤੇ ਫੋਨ ਕਰ। ਕਹਿਣਾ ਕੀ ਹੈ ਜੀ? ਇਹ ਕਹਿ ਕਿ ਮੈਨੂੰ ਕੰਮ ਦੀ ਲੋੜ ਹੈ, ਪੈਸਾ ਚਾਹੀਦਾ। ਨੰਬਰ ਟਰੇਸ ਕਰ। ਓਕੇ ਸਰ, ਨੰਬਰ ਬੋਲੋ ਆਪਣਾ। 98-156-56-849। ਡਨ ਸਰ। ਓਏ ਲਾ ਫੋਨ, ਸੁਣਦਾ ਨਹੀਂ ਤੈਨੂੰ? ਜਨਾਬ ਫੋਨ ਬੰਦ ਆ ਰਿਹਾ ਜੀ। ਜੇ ਫੋਨ ਬੰਦ ਹੈ ਨਾ ਤਾਂ ਦੂਜੇ ਨੰਬਰ 'ਤੇ ਲਾ। ਫੋਨ ਨਹੀਂ ਚੱਕਿਆ ਜੀ। ਵੈਸੇ ਵੀ ਉਹ ਮੈਨੂੰ ਕਹਿੰਦੀ ਸੀ ਵੀ ਮੈਨੂੰ ਵਾਪਸ ਬੈਕ ਕਾਲ ਨਾ ਕਰੀ। ਨਾ ਕਰ, ਦੇਖ ਲਾ ਚਾਰੇ ਕਤਲ ਕੇਸ ਕਾਕਾ ਤੇਰੇ 'ਤੇ ਬਣਿਆ। ਜਿਹੜਾ ਨੰਬਰ ਚੱਲ ਰਿਹਾ ਨਾ ਉਹਦੀ ਲੋਕੇਸ਼ਨ 'ਤੇ ਡਿਟੇਲ ਕਢਾ। ਓਕੇ ਸਰ। ਆਈ ਡੀ ਕਿਸੇ ਬਜ਼ੁਰਗ ਦੇ ਨਾਮ 'ਤੇ ਸ਼ੋਅ ਹੋ ਰਹੀ ਆ। ਟਾਵਰ ਦੀ ਲੋਕੇਸ਼ਨ ਸਭ ਤੋਂ ਸਿਰਫ 20 ਕਿਲੋਮੀਟਰ ਦੀ ਦੂਰੀ 'ਤੇ ਆ, ਬਟ ਜੇ ਐਗਜੈਕਟ ਲੋਕੇਸ਼ਨ ਪਤਾ ਕਰਨੀ ਤਾਂ ਉਹਦੇ ਲਈ ਕਾਲਿੰਗ ਆਉਣੀ ਜ਼ਰੂਰੀ ਹੈ। ਨੰਬਰ ਤਾਂ ਕਿਸੇ ਫੇਕ ਆਈ ਡੀ ਤੋਂ ਵੀ ਲਾਇਆ ਜਾ ਸਕਦਾ। ਤੁਸੀਂ ਹੁਕਮ ਕਰੋ ਸਰ, ਕੀ ਕਰੀਏ? ਕਰਨਾ ਕੀ ਹੈ, ਵੇਟ ਹੀ ਕਰ ਸਕਦੇ ਹਾਂ। ਗੱਲ ਸੁਣਾ, ਜਦੋਂ ਵੀ ਗੱਲ ਕਰਨੀ ਹੈ ਤਾਂ ਗੱਲ ਲੰਬੀ ਕਰਨੀ ਹੈ। ਹਾਂਜੀ। ਜਨਾਬ ਫੋਨ ਆ ਗਿਆ ਜੀ। ਹੈਲੋ। ਬੋਲ, ਕੀ ਕੰਮ ਆ? ਹਾਂਜੀ ਮੈਡਮ ਜੀ, ਮੈਂ ਕਿਹਾ ਸੀ ਨਾ ਮੈਨੂੰ ਕਾਲ ਨਾ ਕਰੀ। ਹਾਂਜੀ ਮੈਨੂੰ ਪਤਾ ਕਾਲ ਨਹੀਂ ਕਰਨੀ ਸੀ। ਫੋਨ ਕਿਉਂ ਕੀਤਾ ਸੀ? ਮੈਨੂੰ ਨਾ ਜੀ ਪੈਸਿਆਂ ਦੀ ਲੋੜ ਸੀਗੀ। ਪੈਸੇ? ਕਿਉਂ, ਪੈਸੇ ਦੀ ਕੀ ਲੋੜ ਪੈ ਗਈ ਹੁਣ? ਹਾਂਜੀ ਪੈਸੇ ਕਿਉਂ ਚਾਹੀਦੇ ਨੇ ਹੁਣ? ਕੀ ਹੋਇਆ? ਘਰੇ ਨਾ ਜੀ ਤੰਗੀ ਹੈ ਜੀ, ਤਾਂ ਫੋਨ ਕੀਤਾ। ਤੇਰੇ ਤੋਂ ਜੋ ਵੀ ਕੰਮ ਕਰਾਇਆ ਮੈਂ ਤੈਨੂੰ ਉਹਦੇ ਪੈਸੇ ਪਹਿਲਾਂ ਹੀ ਦੇ ਚੁੱਕੀ ਆ, ਹੁਣ ਮੇਰੇ ਕੋਲ ਤੇਰੇ ਲਈ ਕੋਈ ਕੰਮ ਨਹੀਂ। ਮੇਰੇ ਛੋਟੇ ਛੋਟੇ ਬੱਚੇ ਆ ਜੀ, ਜਿਹੜੀ ਕੰਪਨੀ 'ਚ ਮੈਂ ਜੌਬ ਕਰਦਾ ਉੱਥੇ ਤਨਖਾਹ ਵੀ ਨਹੀਂ ਇੰਨੀ ਹੈਗੀ ਜੀ। ਮੈਂ ਸਾਰੇ ਪਾਸਿਆਂ ਤੋਂ ਪੈਸੇ ਪੁੱਛ ਲਏ ਜੀ, ਮੈਨੂੰ ਕਿਤੇ ਵੀ ਨਹੀਂ ਮਿਲੇ। ਫਿਰ ਲਾਸਟ 'ਚ ਜਾ ਕੇ ਤੁਹਾਨੂੰ ਫੋਨ ਲਾਇਆ, ਪਲੀਜ਼ ਹੈਲਪ ਕਰ ਦਿਓ, ਮੇਰੀ ਮਜਬੂਰੀ ਹੈ ਜੀ। ਮੇਰੇ ਕੋਲ ਫਿਲਹਾਲ ਤੇਰੇ ਲਈ ਕੋਈ ਕੰਮ ਨਹੀਂ। ਜਦੋਂ ਹੋਇਆ ਮੈਂ ਤੈਨੂੰ ਆਪੇ ਕਾਲ ਕਰੂੰ। ਮੈਡਮ ਜੀ ਜੇ ਕੰਮ ਨਹੀਂ ਹੈਗਾ ਤਾਂ ਪੈਸੇ ਕੁਛ ਪੈਸੇ ਉਧਾਰ ਸਮਝ ਕੇ ਦੇ ਦਿਓ ਜੀ। ਤੁਹਾਨੂੰ ਮੇਰੇ ਬੱਚਿਆਂ ਦਾ ਵਕਤ ਹੈ ਜੀ, ਛੋਟੇ ਛੋਟੇ ਬੱਚੇ ਆ। ਮੈਡਮ ਜੀ ਤੁਸੀਂ ਮੈਨੂੰ ਜੋ ਵੀ ਕੰਮ ਕਹੋਗੇ
ਮੈਂ ਉਹੀ ਕੰਮ ਕਰੂੰਗਾ। ਤੁਸੀਂ ਝਾੜੂ ਪੋਚਾ ਕਹੋਗੇ, ਮੈਂ ਝਾੜੂ ਪੋਚਾ ਲਾਉਂਗਾ। ਦੇਖ ਸੁਣ, ਰੋ ਨਾ, ਦੱਸ ਕਿੰਨੇ ਪੈਸੇ ਚਾਹੀਦੇ ਆ? 10,000 ਦੇ ਦਿਓ। 13,000-10,000 ਨਾਲ ਕੰਮ ਚੱਲ ਜੂਗਾ। ਮੈਂ ਤੈਨੂੰ ਪੈਸੇ ਤਾਂ ਦੇ ਸਕਦੀ ਆ, ਪਰ ਦੇਖ ਕੁੜੀਏ, ਸਾਡੇ ਕੋਲ ਤੇਰੇ ਖਿਲਾਫ ਕਾਫੀ ਸਬੂਤ ਨੇ ਤੇ ਇਹ ਸਬੂਤ ਤੈਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਲਿਜਾਣ ਲਈ ਕਾਫੀ ਨੇ। ਪਰ ਹਾਂ, ਮੈਂ ਤੈਨੂੰ ਆਖਰੀ ਵਾਰੀ ਇੱਕ ਸਵਾਲ ਪੁੱਛਣਾ ਚਾਹੁੰਦਾ, ਤੂੰ ਜੋ ਵੀ ਕੀਤਾ ਕਿਉਂ ਕੀਤਾ? ਜੇਲ੍ਹ ਜਾਣ ਦਾ ਡਰ ਨਹੀਂ ਆ ਮੈਨੂੰ। ਜਿਸ ਕਮਰੇ 'ਚ ਮੈਂ ਰਹਿੰਦੀ ਸੀ ਨਾ, ਉਹਨੂੰ ਮੈਂ ਆਪ ਜੇਲ੍ਹ ਬਣਾਇਆ ਸੀ। ਕਿਉਂ ਕੀਤਾ ਤੁਹਾਨੂੰ ਦੱਸੂੰਗੀ, ਪਰ ਤੁਹਾਡੇ ਲਈ ਨਹੀਂ, ਆਪਣੇ ਆਪ ਲਈ। ਬਹੁਤ ਵਧੀਆ ਕਾਰੋਬਾਰ ਸੀ ਮੇਰੇ ਪਾਪਾ ਦਾ। ਮੈਂ ਨਿੱਕੀ ਹੁੰਦੀ ਸੀ, ਕਾਰੋਬਾਰ 'ਚ ਘਾਟਾ ਪਿਆ। ਉਹ ਘਾਟਾ ਪਿਆ ਸੀ ਅੰਕਲ ਕਿਸ਼ੋਰੀ ਲਾਲ ਕਰਕੇ। ਮੈਂ ਟੀਵੀ ਦੇਖ ਰਹੀ ਸੀ। ਬੱਤੋ ਰਾਣੀ, ਬਾਤ ਕੀ ਖਾਲ ਨਿਕਾਲਨਾ ਤੋ ਕੋਈ ਤੁਮਸੇ ਸੀਖੇ। ਬਾਤ ਕੀ ਖਾਲ ਨਹੀਂ, ਬਾਲ ਕੀ ਖਾਲ। ਮੈਨੂੰ ਉੱਚੀ ਉੱਚੀ ਆਵਾਜ਼ਾਂ ਸੁਣੀਆਂ। ਕਿਸ਼ੋਰੀ ਅੰਕਲ ਮੇਰੇ ਪਾਪਾ ਨੂੰ ਕੋਈ ਧਮਕੀਆਂ ਦੇ ਰਹੇ ਸੀ। ਮੈਂ ਡਰ ਦੇ ਮਾਰੇ ਅੰਦਰ ਲੱਗ ਗਈ। ਮੇਰੇ ਦੇਖਦਿਆਂ ਦੇਖਦਿਆਂ ਕਿਸ਼ੋਰੀ ਅੰਕਲ ਨੇ ਮੇਰੇ ਪਾਪਾ ਦੀ ਗੋਲੀ ਮਾਰ ਦਿੱਤੀ। ਜਦੋਂ ਭੱਜ ਕੇ ਆਈ, ਤਾਂ ਉਹਨਾਂ ਨੇ ਮੇਰੀ ਮਾਂ ਦੇ ਵੀ ਗੋਲੀ ਮਾਰ ਦਿੱਤੀ।
ਦੇ ਸਾਹਮਣੇ ਆਪਣੇ ਮਾਂ ਬਾਪ ਨੂੰ ਮਰਦਿਆਂ ਦੇਖਿਆ ਸੀ। ਮੇਰੇ ਮਾਂ ਬਾਪ ਨੂੰ ਮਾਰਨ ਤੋਂ ਬਾਅਦ ਉਹਨਾਂ ਨੇ ਥਾਣੇਦਾਰ ਨੂੰ ਫੋਨ ਕੀਤਾ। ਫਿਰ ਅੱਜ ਦਾ ਮੌਜੂਦਾ DSP ਆਇਆ। ਉਹਨੇ ਸਾਰਾ ਮਾਮਲਾ ਆਪਦੇ ਹੱਥ 'ਚ ਲੈ ਕੇ ਕਿਸ਼ੋਰੀ ਅੰਕਲ ਨੂੰ ਬੇਫਿਕਰ ਕੀਤਾ। ਦੋਨਾਂ ਨੇ ਮਿਲ ਕੇ ਮੇਰੇ ਮਾਂ ਬਾਪ ਦੀਆਂ ਲਾਸ਼ਾਂ ਨੂੰ ਠਿਕਾਣੇ ਲਾਇਆ। ਡਰੀ ਸਹਿਮੀ ਉਸੇ ਖੂੰਜੇ 'ਚ ਬੈਠੀ ਰਹੀ। ਮੈਨੂੰ ਤਾਂ ਆਖਰੀ ਵਾਰ ਆਪਣੇ ਮਾਂ ਬਾਪ ਦਾ ਚਿਹਰਾ ਦੇਖਣਾ ਵੀ ਨਸੀਬ ਨਾ ਹੋਇਆ। ਫਿਰ ਉਹਨਾਂ ਨੇ ਤਹਿਸੀਲਦਾਰ ਨੂੰ ਵੀ ਆਪਣੇ ਨਾਲ ਮਿਲਾਇਆ ਅਤੇ ਮੇਰੇ ਪਾਪਾ ਦਾ ਸਾਰਾ ਕਾਰੋਬਾਰ ਆਪਣੇ ਨਾਮ ਕਰਵਾ ਲਿਆ। ਸਾਡਾ ਘਰ ਆਪਣੇ ਨਾਮ ਨਹੀਂ ਕਰਵਾ ਸਕਦੇ ਸੀ ਕਿਉਂਕਿ ਜੇ ਉਹ ਇੱਦਾਂ ਕਰਦੇ ਤਾਂ ਉਹ ਫਸ ਸਕਦੇ ਸੀ। ਮੈਂ ਆਪਣੇ ਮਾਮਾ ਕੋਲ ਚਲੀ ਗਈ। ਮਾਮਾ ਜੀ ਨੇ ਮੈਨੂੰ ਇਹ ਸਭ ਤੋਂ ਦੂਰ ਰਹਿਣ ਲਈ ਕਿਹਾ। ਮੈਂ ਉਵੇਂ ਹੀ ਕੀਤਾ। ਪਰ ਪਤਾ ਨਹੀਂ ਕਿਉਂ ਮੈਂ ਦਿਨੋ ਦਿਨ ਡਿਪਰੈਸ਼ਨ 'ਚ ਜਾ ਰਹੀ ਸੀ। ਗਿਆਨ ਦੇ ਡਾਕਟਰ ਕੋਲ ਗਈ। ਕੁਛ ਤੇ ਬੋਲੋ। ਜੇ ਤੁਸੀਂ ਕੁਛ ਬੋਲੋਗੇ ਨਹੀਂ ਤਾਂ ਮੈਂ ਤੁਹਾਡੀ ਮਦਦ ਕਿਸ ਤਰ੍ਹਾਂ ਕਰ ਪਾਵਾਂਗਾ? ਕੁਛ ਤੇ ਬੋਲੋ। ਜੇਕਰ ਬੰਦਾ ਆਪਣੇ ਦਿਲ ਦੀਆਂ ਗੱਲਾਂ ਬਾਹਰ ਕੱਢ ਦੇਵੇ ਅੱਧਾ ਤਾਂ ਬੰਦਾ ਇਸ ਲਈ ਠੀਕ ਹੋ ਜਾਂਦਾ। ਕੁਛ ਦੱਸੋ।
ਚਲੋ। ਇਹ ਕੀ ਹੈ? ਇਹ ਮੇਰਾ ਤਿਆਰ ਕੀਤਾ ਹੋਇਆ ਫਾਰਮੂਲਾ ਹੈ। ਜਦੋਂ ਤੁਸੀਂ ਇਸ ਨੂੰ ਸੁੰਘੋਗੇ ਤਾਂ ਤੁਸੀਂ ਕਾਫੀ ਰਿਲੈਕਸ ਮਹਿਸੂਸ ਕਰੋਗੇ। ਜੋ ਤੁਹਾਡੇ ਮਨ ਦੀਆਂ ਗੱਲਾਂ ਨੇ ਸਾਰੀਆਂ ਬਾਹਰ ਆ ਜਾਣਗੀਆਂ ਤੇ ਤੁਸੀਂ ਕਾਫੀ ਠੀਕ ਹੋ ਜਾਓਗੇ। ਹੈਲੋ, ਉਹਨਾਂ ਨਾਲ ਕਾਉਂਸਲਿੰਗ ਕਰਦੇ ਮੈਂ ਸਾਰਾ ਕੁਝ ਭੁਲਾ ਦਿੱਤਾ ਸੀ। ਮੈਂ ਅੱਗੇ ਵੱਧ ਗਈ ਸੀ, ਫਿਰ ਮੇਰੀ ਲਾਈਫ 'ਚ ਮੋਹਿਤ ਆਇਆ। ਆਪਣੇ ਦਿਲ ਦੀ ਇੱਕ ਇੱਕ ਗੱਲ ਦੱਸੀ। ਇੱਕ ਦਿਨ ਉਹਨੇ ਮੈਨੂੰ ਡਾਕਟਰ ਹਰਨੇਕ ਕੋਲ ਜਾਂਦੇ ਨੂੰ ਦੇਖ ਲਿਆ। ਉਸ ਤੋਂ ਬਾਅਦ ਉਹਨੇ ਮੇਰੇ ਨਾਲ ਰਿਸ਼ਤਾ ਹੀ ਤੋੜਤਾ। ਉਹਨੂੰ ਲੱਗਾ ਮੈਂ ਪਾਗਲ ਹਾਂ ਜੋ ਟ੍ਰੀਟਮੈਂਟ ਲੈ ਰਹੀ ਹਾਂ। ਕਿੱਥੇ ਗਈ ਸੀ? ਕਿਤੇ ਨਹੀਂ, ਬਸ। ਝੂਠ ਨਾ ਬੋਲ, ਮੈਂ ਤੈਨੂੰ ਆਪ ਡਾਕਟਰ ਕੋਲ ਜਾਂਦੇ ਦੇਖਿਆ। ਉਹ ਮੇਰਾ ਟ੍ਰੀਟਮੈਂਟ ਚੱਲ ਰਿਹਾ ਹੈ। ਕੀ ਟ੍ਰੀਟਮੈਂਟ ਚੱਲ ਰਿਹਾ? ਉਹ ਇੱਕ ਸਾਈਕੈਟ੍ਰਿਕ ਡਾਕਟਰ ਹੈ, ਉਹਦੇ ਕੋਲ ਤੇਰਾ ਕਾਹਦਾ ਟ੍ਰੀਟਮੈਂਟ ਚੱਲਦਾ? ਮੈਂ ਦੱਸ ਨਹੀਂ ਸਕਦੀ। ਕਮਾਲ ਹੋ ਗਈ ਯਾਰ, ਪਹਿਲਾਂ ਤਾਂ ਸਾਰੀਆਂ ਗੱਲਾਂ ਸਾਂਝੀਆਂ ਕਰਦੀਆਂ ਤੇ ਹੁਣ ਆਹ ਗੱਲ ਦੱਸ ਨਹੀਂ ਸਕਦੀ। ਕਿਉਂ ਨਹੀਂ ਦੱਸ ਸਕਦੀ? ਬਸ ਨਹੀਂ ਦੱਸ ਸਕਦੀ, ਨਹੀਂ ਦੱਸ ਸਕਦੀ। ਬਸ ਫਿਰ ਮੇਰੀ ਵੀ ਇੱਕ ਗੱਲ ਧਿਆਨ ਨਾਲ ਸੁਣ ਲਾ, ਜੇ ਰਿਸ਼ਤੇ ਦੇ ਵਿੱਚ ਝੂਠ ਆਊਗਾ ਤਾਂ ਰਿਸ਼ਤਾ ਖਤਮ ਹੋਊਗਾ। ਅੱਜ ਤੋਂ ਬਾਅਦ ਰਿਸ਼ਤਾ ਖਤਮ। ਬਾਏ। ਜੋ ਮੈਂ ਭੁਲਾਉਣਾ ਚਾਹੁੰਦੀ ਸੀ ਵਕਤ ਨੇ ਫਿਰ ਮੈਨੂੰ ਯਾਦ ਕਰਵਾਉਣਾ ਸ਼ੁਰੂ ਕਰ ਦਿੱਤਾ।
ਮੈਂ ਫਿਰ ਡਾਕਟਰ ਹਰਨੇਕ ਕੋਲ ਜਾਣ ਲੱਗੀ ਤੇ ਆਪਣਾ ਟ੍ਰੀਟਮੈਂਟ ਫਿਰ ਤੋਂ ਸ਼ੁਰੂ ਕਰਵਾਇਆ। ਇਹਦੇ ਨਾਲ ਮੈਨੂੰ ਬਹੁਤ ਆਰਾਮ ਮਿਲਦਾ। ਕੀ ਮੈਂ ਘਰ ਲੈ ਕੇ ਜਾ ਸਕਦੀ ਹਾਂ? ਜਿੰਨੀ ਇਹ ਫਾਇਦੇਮੰਦ ਹੈ ਨਾ, ਉਨੀ ਖਤਰਨਾਕ ਵੀ ਹੋ ਸਕਦੀ ਹੈ। ਇਹਦੇ ਨਾਲ ਬੰਦਾ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮੈਨੂੰ ਇੱਕ ਗਲਾਸ ਪਾਣੀ ਮਿਲੋ। ਸੱਚ ਕਹਿੰਦਾ ਸੀ, ਜਦੋਂ ਮੈਂ ਉਹ ਘਰੇ ਆ ਕੇ ਟ੍ਰੀਟਮੈਂਟ ਕਰਨਾ ਸ਼ੁਰੂ ਕੀਤਾ ਤਾਂ ਮੈਂ ਆਪਣੇ ਆਪ ਨੂੰ ਜ਼ਖਮ ਦੇਣ ਲੱਗ ਪਈ। ਆਪਣੇ ਆਪ 'ਤੇ, ਕਿਉਂ ਮੈਂ ਅੰਦਰ ਜਾ ਕੇ ਲੁੱਕ ਗਈ? ਮੈਂ ਕਿਉਂ ਨਹੀਂ ਰੋਕਿਆ ਉਹਨੂੰ? ਕਿਉਂ ਮੈਂ ਆਪਣੇ ਮਾਂ ਪਿਓ ਨੂੰ ਅੱਖੀਂ ਮਰਦਾ ਦੇਖਿਆ? ਇਸੇ ਗਿਲਟ 'ਚ ਮੈਂ ਆਪਣੇ ਆਪ ਨੂੰ ਜ਼ਖਮ ਦੇਣੇ ਸ਼ੁਰੂ ਕੀਤੇ।
ਦਿਨ ਮੇਰੇ ਦਿਮਾਗ 'ਚ ਆਇਆ ਕਿ ਮੈਂ ਉਹਨਾਂ ਤੋਂ ਬਦਲਾ ਕਿਵੇਂ ਲੈ ਸਕਦੀ ਹਾਂ। ਜਦੋਂ ਤੁਸੀਂ ਇਸ ਨੂੰ ਸੁੰਘੋਗੇ ਜੋ ਤੁਹਾਡੇ ਮਨ ਦੀਆਂ ਗੱਲਾਂ ਨੇ, ਜੋ ਤੁਹਾਡੇ ਮਨ ਦੀਆਂ ਗੱਲਾਂ ਸਾਰੀਆਂ ਬਾਹਰ ਆ ਜਾਣਗੀਆਂ, ਤੁਸੀਂ ਕਾਫੀ ਠੀਕ ਹੋ ਜਾਓਗੇ। ਤੁਸੀਂ ਕਾਫੀ ਜਿੰਨੀ ਫਾਇਦੇਮੰਦ ਆ, ਉਨੀ ਖਤਰਨਾਕ ਕੁਛ, ਉਨੀ ਖਤਰਨਾਕ ਕੁਛ। ਇਹਦੇ ਨਾਲ ਬੰਦਾ ਆਪਣੇ ਆਪ ਇਹਦੇ ਨਾਲ ਸਾਂਝਾ ਹੋ ਜਾਂਦਾ, ਆਪਣੇ ਨਾਲ ਸਾਂਝਾ, ਇਹਦੇ ਨਾਲ ਬੰਦਾ ਆਪਣੇ ਆਪ ਇਹਦੇ ਨਾਲ ਸਾਂਝਾ ਹੋ ਜਾਂਦਾ, ਆਪਣੇ ਨਾਲ ਸਾਂਝਾ ਹੋ ਜਾਂਦਾ, ਆਪਣੇ ਨਾਲ ਸਾਂਝਾ ਹੋ ਜਾਂਦਾ, ਆਪਣੇ ਨਾਲ ਸਾਂਝਾ ਹੋ ਜਾਂਦਾ। ਡਾਕਟਰ ਹਰਨੇਕ ਕਹਿੰਦਾ ਸੀ ਕਿ ਬਦਲੇ ਦੀ ਭਾਵਨਾ ਇਨਸਾਨ ਨੂੰ ਅੰਦਰੋਂ ਅੰਦਰ ਹੀ ਮਾਰ ਦਿੰਦੀ ਹੈ, ਪਰ ਜੋ ਪਹਿਲਾਂ ਹੀ ਅੰਦਰੋਂ ਮਰ ਗਿਆ ਹੋਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਤੁਹਾਡਾ ਬਦਲਾ ਪੂਰਾ ਹੋ ਗਿਆ? ਹੁਣ ਮੈਂ ਦੁਬਾਰਾ ਜੀਣਾ ਸ਼ੁਰੂ ਕੀਤਾ। ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ? ਹਜੇ ਆਖਰੀ ਚਿੱਠੀ ਬਾਕੀ ਹੈ। ਹੈਲੋ, ਹਾਂਜੀ, ਹਾਂਜੀ, ਪਾਰਸਲ ਜੀ ਮੈਂ ਕੰਪਨੀ ਤੋਂ ਲੈ ਲਿਆ, ਉੱਧਰੋਂ ਆ ਗਿਆ, ਬਸ ਜੀ ਮੈਂ ਤੁਹਾਡੇ ਵੱਲ ਹੀ ਆ ਰਿਹਾ। ਹਾਂਜੀ ਹਾਂਜੀ, ਬਸ ਇੱਕ ਦੋ ਜੇ ਵਿੱਚ ਫੜਾਉਣੇ ਪਾਰਸਲ। ਹਾਂਜੀ, ਘੰਟਾ ਕੁ ਲੱਗ ਜਾਣਾ ਜੀ। ਠੀਕ ਆ ਜੀ,